ਡਾਕਟਰ ਦਲੀਪ ਕੌਰ ਟਿਵਾਣਾ ਦੀ ਪੁਸਤਕ ਕਿੱਸੇ ਦੀ ਧੀ ਦੀ ਕਹਾਣੀ ਹੈ ਮੇਰਾ ਵਿਆਹ। ਪਿਆਰੇ ਪਾਪਾ ਜੀ, ਤੁਸੀਂ ਮੇਰਾ ਖੱਤ ਪੜ੍ਹ ਕੇ ਹੈਰਾਨ ਤਾਂ ਹੋਵੋਗੇ। ਬੜੀ ਵਾਰੀ ਦਿਲ ਕੀਤਾ ਕਿ ਤੁਹਾਨੂੰ ਖੱਤ ਲਿਖਾਂ, ਪਰ ਫਿਰ ਇਹ ਸੋਚਿਆ ਕਿ ਜੇ ਬੇਜੀ ਨੂੰ ਪਤਾ ਲੱਗ ਗਿਆ ਉਹ ਦੁਖੀ ਹੋਣਗੇ। ਬੜੀ ਵਾਰੀ ਦਿਲ ਕੀਤਾ ਕਿ ਉਹਨਾਂ ਤੋਂ ਤੁਹਾਡੇ ਬਾਰੇ ਕੁਝ ਪੁੱਛਾਂ, ਪਰ ਜਦੋਂ ਵੀ ਮੈਂ ਗੱਲ ਛੇੜਦੀ ਹਾਂ ਬੜੇ ਔਖੇ ਹੋ ਜਾਂਦੇ ਨੇ ਅਤੇ ਮੈਂ ਗੱਲ ਵਿੱਚ ਹੀ ਛੱਡ ਦਿੰਦੀ ਹਾਂ। ਪਾਪਾ ਜੀ, ਬੀਜੀ ਦਾ ਕਦੇ ਤੁਹਾਨੂੰ ਬੁਰਾ ਨਹੀਂ ਆਖਦੇ, ਉਹ ਆਪ ਵੀ ਬੜੇ ਚੰਗੇ ਨੇ। ਫਿਰ ਤੁਹਾਨੂੰ ਤਾਂ ਪਾਪਾ ਜੀ ਹੁਣ ਤੱਕ ਮੈਂ ਭੁੱਲ ਵੀ ਗਈ ਹੋਵਾਂਗੀ। ਬਹੁਤ ਛੋਟੀ ਸਾਂ ਜਦੋਂ ਤੁਸੀਂ ਅਤੇ ਬੀਜੀ ਹਮੇਸ਼ਾ ਲਈ ਨਿਖੜ ਗਏ। ਹੁਣ ਤਾਂ ਮੈਂ ਬੜੀ ਵੱਡੀ ਹੋ ਗਈ ਹਾਂ। ਥੋੜ੍ਹੇ ਦਿਨ ਹੋਏ ਸਾਡੇ ਘਰ ਇੱਕ ਜਨਾਨੀ ਆਈ ਸੀ। ਜਦੋਂ ਮੈਂ ਕਾਲਜ ਤੋਂ ਆਈ, ਬੀਜੀ ਉਹਦੇ ਨਾਲ ਗੱਲਾਂ ਕਰਦੇ ਰੋ ਰਹੇ ਸੀ। ਮੈਨੂੰ ਦੇਖ ਕੇ ਬੋਲੀ, ਇਹ ਤਾਂ ਜਮ੍ਹਾਂ ਆਪਣੇ ਪਿਓ ਵਰਗੀ ਨਿਕਲ ਆਈ ਹੈ ਕਿ ਸੱਚੀ ਮੁੱਚੀ ਪਾਪਾ ਜੀ ਮੈਂ ਤੁਹਾਡੇ ਵਰਗੀ ਹਾਂ। ਮੇਰਾ ਬੜਾ ਦਿਲ ਕੀਤਾ ਉਹਦੇ ਨਾਲ ਤੁਹਾਡੀਆਂ ਕਿੰਨੀਆਂ ਸਾਰੀਆਂ ਗੱਲਾਂ ਕਰਾਂ, ਤੁਹਾਡੇ ਬਾਰੇ ਬੜਾ ਕੁਝ ਪੁੱਛਾਂ, ਪਰ ਬੀਜੀ ਨੇ ਮੈਨੂੰ ਚਾਹ ਬਣਾਉਣ ਭੇਜ ਦਿੱਤਾ। ਪਰ ਫਿਰ ਵੀ ਆਨੀ ਬਹਾਨੀ ਆਈ ਨੂੰ ਮੈਨੂੰ ਸੁਣ ਗਿਆ ਵੀ ਤੁਸੀਂ ਪਟਿਆਲੇ ਕਾਲਜ 'ਚ ਪੜ੍ਹਾਉਂਦੇ ਹੋ। ਪਟਿਆਲੇ ਤੋਂ ਲੁਧਿਆਣੇ ਦਾ ਸਿਰਫ 2 ਘੰਟੇ ਦਾ ਸਫ਼ਰ ਹੈ। ਕਿੰਨੇ ਵਾਰੀ ਲੰਘ ਗਏ ਨੇ ਪਾਪਾ ਜੀ, ਇਹ 2 ਘੰਟੇ ਲੰਘ ਕੇ ਤੁਸੀਂ ਕਦੇ ਸਾਡੇ ਕੋਲ ਨਾ ਆਏ। ਬੀਜੀ ਨਾਲ ਤੁਹਾਡੀਆਂ ਲੱਖ ਨਾਰਾਜ਼ਗੀਆਂ ਹੋਣਗੀਆਂ, ਪਰ ਪਾਪਾ ਜੀ, ਕੀ ਮੈਂ ਵੀ ਤੁਹਾਨੂੰ ਕਦੇ ਯਾਦ ਨਹੀਂ ਆਉਂਦੀ? ਕਿ ਮੇਰੇ ਜਿੱਡੀ ਕਿਸੇ ਕੁੜੀ ਨੂੰ ਦੇਖ ਕੇ ਕਦੇ ਖਿਆਲ ਨਹੀਂ ਆਉਂਦਾ ਕਿ ਮੇਰੀ ਧੀ ਵੀ ਕਿਤੇ ਹੈ? ਪਰ ਪਾਪਾ ਜੀ, ਮੈਨੂੰ ਤਾਂ ਤੁਸੀਂ ਬੜੇ ਹੀ ਯਾਦ ਆਉਂਦੇ ਰਹਿੰਦੇ ਹੋ। ਕਿੰਨੇ ਮਹੀਨੇ ਹੋਏ ਅਸੀਂ 2 ਕੁੜੀਆਂ ਅਤੇ 1 ਸਾਡੀ ਪ੍ਰੋਫੈਸਰ ਪਟਿਆਲੇ ਕਾਲਜ 'ਚ ਪੰਜਾਬੀ ਵਾਦ ਵਿਵਾਦ ਪ੍ਰਤੀਯੋਗਤਾ 'ਚ ਹਿੱਸਾ ਲੈ ਆਈਆਂ ਸੀ। ਕਿ ਤੁਸੀਂ ਉਸ ਵੇਲੇ ਉੱਥੇ ਸੀ? ਮੈਨੂੰ ਬੜਾ ਕੁਝ ਹੋ ਰਿਹਾ। ਕਾਸ਼ ਮੈਨੂੰ ਉਦੋਂ ਪਤਾ ਹੁੰਦਾ ਕਿ ਤੁਸੀਂ ਇੱਥੇ ਹੋ, ਮੈਂ ਆਪ ਆ ਕੇ ਤੁਹਾਨੂੰ ਬੁਲਾ ਲੈਂਦੀ। ਕਈ ਵਾਰ ਕਿਤੇ ਗੱਡੀ 'ਚ, ਸੜਕ 'ਤੇ ਜਾਂ ਸਿਨਮੇ 'ਚ ਜਦੋਂ ਕਿਸੇ ਚੰਗੇ ਜਿਹੇ ਬੰਦੇ ਨੂੰ ਦੇਖਦੀ ਹਾਂ, ਖਿਆਲ ਆਉਂਦਾ ਸ਼ਾਇਦ ਮੇਰੇ ਪਾਪਾ ਜੀ ਇਹੋ ਜਿਹੇ ਹੋਣ, ਸ਼ਾਇਦ ਇਹੀ ਮੇਰੇ ਪਾਪਾ ਜੀ ਹੋਣ, ਅਤੇ ਉਦੋਂ ਬੜਾ ਹੀ ਦਿਲ ਕਰਦਾ ਹੁੰਦਾ ਜਾਣੀ ਉਸ ਓਪਰੇ ਬੰਦੇ ਦੀ ਗੱਲ ਨੂੰ ਜਾ ਚੰਬੜਾਂ। ਪਰ ਇਸ ਤਰ੍ਹਾਂ ਕਰਨਾ ਗਲਤ ਹੁੰਦਾ ਪਾਪਾ ਜੀ। ਇਸੇ ਤਰ੍ਹਾਂ ਇੱਕ ਵਾਰੀ ਇੱਕ ਬੰਦੇ ਵੱਲ ਸ਼ਾਇਦ ਮੈਂ ਬੜਾ ਚਿਰ ਤੱਕਦੀ ਰਹੀ। ਬੱਸ ਵਿੱਚੋਂ ਉਤਰਨ ਲੱਗਿਆਂ ਮਲਕੜੇ ਉਹ ਮੇਰੇ ਹੱਥ ਵਿੱਚ ਇੱਕ ਚਿੱਟ ਦੇ ਗਿਆ। ਲਿਖਿਆ ਸੀ, ਸ਼ਾਮ ਨੂੰ ਘੰਟਾ ਘੁਰ ਘਰ ਕੋਲ ਤੇਰਾ ਇੰਤਜ਼ਾਰ ਕਰਾਂਗਾ। ਕਿੱਡੀ ਬੇਹੂਦਾ ਗੱਲ ਹੈ, ਮੈਨੂੰ ਤਾਂ ਤੁਹਾਨੂੰ ਦੱਸਦਿਆਂ ਵੀ ਸ਼ਰਮ ਲੱਗਦੀ ਹੈ। ਬੀਜੀ ਠੀਕ ਹੀ ਆਖਦੇ ਹੁੰਦੇ ਨੇ ਕਿ ਜ਼ਮਾਨਾ ਖੋਟਾ ਹੈ। ਉਸ ਦਿਨ ਮੈਨੂੰ ਬੜਾ ਹੀ ਰੋਣਾ ਆਇਆ। ਸ਼ਾਇਦ ਉਹ ਜਾਣਦਾ ਸੀ ਕਿ ਸਾਡੇ ਘਰ ਉਹਦੇ ਜੁੱਤੀਆਂ ਲਾਉਣ ਵਾਲਾ ਕੋਈ ਨਹੀਂ, ਤਦੇ ਹੌਸਲਾ ਕੀਤਾ, ਪਰ ਸ਼ਕਲ ਤੋਂ ਤਾਂ ਉਹ ਕਾਫ਼ੀ ਵਡੇਰੀ ਉਮਰ ਦਾ ਲੱਗਦਾ ਸੀ। ਹਾਂ ਸੱਚ ਪਾਪਾ ਜੀ, ਮੇਰੀ ਕਲਾਸ ਦੀ ਇੱਕ ਕੁੜੀ ਤੁਹਾਡੇ ਕਾਲਜ 'ਚੋਂ ਹਟ ਕੇ ਆਈ ਹੈ। ਮੈਂ ਤੁਹਾਡੇ ਸ਼ਹਿਰ ਦੇ ਪ੍ਰੋਫੈਸਰਾਂ ਦੀਆਂ ਕਿੰਨੀਆਂ ਸਾਰੀਆਂ ਗੱਲਾਂ ਉਹ ਤੋਂ ਪੁੱਛਦੀ ਰਹੀ। ਸੋਚਦੀ ਸਾਂ ਤੁਹਾਡਾ ਵੀ ਉਹ ਜ਼ਿਕਰ ਕਰੇਗੀ। ਉਹਨੇ ਦੱਸਿਆ ਸੀ ਤੁਸੀਂ ਪੜ੍ਹਾਉਂਦੇ ਬੜਾ ਡਾਂਟਦੇ ਹੋ, ਲੋਕਾਂ ਦੀਆਂ ਧੀਆਂ ਦਾ ਤਾਂ ਤੁਸੀਂ ਇੰਨਾ ਖਿਆਲ ਰੱਖਦੇ ਹੋ, ਕਦੇ ਤੁਹਾਨੂੰ ਆਪਣੀ ਧੀ ਯਾਦ ਨਹੀਂ ਆਉਂਦੀ? ਪਾਪਾ ਜੀ, ਉਹ ਕੁੜੀ ਦੱਸਦੀ ਸੀ, ਤੁਹਾਡੀ ਇੱਕ ਛੋਟੀ ਜਿਹੀ ਧੀ ਏ ਅਤੇ ਇੱਕ ਪੁੱਤਰ ਏ। ਮੈਂ ਉਹਨਾਂ ਨੂੰ ਦੇਖਿਆ ਨਹੀਂ, ਪਰ ਕਈ ਵਾਰ ਬੜਾ ਦਿਲ ਕਰਦਾ ਮੇਰੇ ਵੀ ਨਿੱਕੇ ਭੈਣ ਭਰਾ ਹੋਣ। ਕਦੇ ਉਹ ਮੈਥੋਂ ਸਵਾਲ ਸਮਝਣ, ਕਦੇ ਮੈਂ ਉਹਨਾਂ ਨੂੰ ਸਕੂਲ ਲਈ ਤਿਆਰ ਕਰਾਂ, ਕਦੇ ਕਦੇ ਅਸੀਂ ਇਕੱਠੇ ਸਿਨੇਮਾ ਵੇਖਣ ਜਾਈਏ। ਪਾਪਾ ਜੀ ਕਹਿੰਦੇ ਹੁੰਦੇ ਨੇ, ਦੂਜਾ ਵਿਆਹ ਕਰਨ ਵੇਲੇ ਤੁਸੀਂ ਉਹਨਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਆਪਣੀ ਪਹਿਲੀ ਘਰਵਾਲੀ ਅਤੇ ਧੀ ਨਾਲ ਕੋਈ ਵਾਸਤਾ ਨਹੀਂ ਰੱਖੋਗੇ। ਪਾਪਾ ਜੀ, ਦੂਜੇ ਬੀਜੀ ਕਿਤੇ ਮੇਰੀ ਇਸ ਚਿੱਠੀ ਨੂੰ ਦੇਖ ਕੇ ਵੀ ਨਾਰਾਜ਼ ਤਾਂ ਨਹੀਂ ਹੋ ਜਾਣਗੇ? ਜੇ ਭਲਾ ਕਦੇ ਮੈਂ ਤੁਹਾਡੇ ਸ਼ਹਿਰ ਆਵਾਂ, ਤੁਹਾਨੂੰ ਮਿਲਣ, ਤੁਹਾਡੇ ਘਰ ਵੀ ਆ ਜਾਵਾਂ, ਕਿ ਦੂਜੇ ਬੀਜੀ ਤੁਹਾਨੂੰ ਬਹੁਤ ਗੁੱਸੇ ਹੋਣਗੇ? ਕਿ ਫਿਰ ਤੁਸੀਂ ਮੈਨੂੰ ਝਿੜਕਾਂ ਦੇ ਕੇ ਮੋੜ ਦਿਓਗੇ? ਪਾਪਾ ਜੀ, ਮੈਂ ਕਦੀ ਇੱਕੋ ਵਾਰ ਤੁਸੀਂ ਮੈਨੂੰ ਬੁੱਕਲ 'ਚ ਲੈ ਕੇ ਘੁੱਟ ਕੇ ਪਿਆਰ ਕਰ ਲਓ, ਮੈਂ ਰੱਜ ਜਾਵਾਂ। ਫਿਰ ਭਾਵੇਂ ਕਿਤੇ ਵੀ ਰਹੋ, ਮੈਨੂੰ ਯਕੀਨ ਹੋ ਜਾਏ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ। ਪਾਪਾ ਜੀ, ਮੈਂ ਕਦੇ ਨਹੀਂ ਚਾਹੁੰਦੀ ਕਿ ਤੁਹਾਡੇ ਘਰ 'ਚ ਕੋਈ ਕਲੇਸ਼ ਪਵੇ। ਫਿਰ ਵੀ ਦਿਲ ਕਰਦਾ ਤੁਸੀਂ ਬੀਜੀ ਨੂੰ ਪੁੱਛ ਕੇ ਇੱਕ ਵਾਰ ਮੈਨੂੰ ਮਿਲਣ ਆ ਜਾਓ। ਉਹ ਵੀ ਤਾਂ ਇੱਕ ਔਰਤ ਏ, ਇੱਕ ਮਾਂ ਏ, ਸਿਰਫ ਇੱਕੋ ਵਾਰੀ। ਪਾਪਾ ਜੀ, ਮੈਂ ਬੀਜੀ ਨੂੰ ਇੱਕ ਵਾਰੀ ਆਖਿਆ, ਬੀਜੀ ਮੇਰਾ ਪਾਪਾ ਜੀ ਨੂੰ ਮਿਲਣ ਨੂੰ ਬੜਾ ਦਿਲ ਕਰਦਾ। ਉਹ ਰੋ ਪਏ ਅਤੇ ਨਾਲ ਹੀ ਆਖਣ ਲੱਗੇ, ਜਿਨ੍ਹਾਂ ਦੇ ਪਿਓ ਮਰ ਜਾਂਦੇ ਨੇ ਉਹਨਾਂ ਨੂੰ ਵੀ ਤਾਂ ਸਰ ਜਾਂਦਾ। ਮੇਰਾ ਦਿਲ ਕੰਬ ਗਿਆ। ਮੈਂ ਕਿੰਨਾ ਚਿਰ ਦਿਲ 'ਚ ਰੱਬ ਅੱਗੇ ਅਰਦਾਸ ਕਰਦੀ ਰਹੀ, ਹੇ ਰੱਬਾ, ਮੇਰੇ ਪਾਪਾ ਜੀ ਨੂੰ ਕਦੇ ਕੁਝ ਨਾ ਹੋਵੇ। ਇੱਕ ਵਾਰੀ ਸਾਡੇ ਗੁਆਂਢੀਆਂ ਦੀ ਕੁੜੀ ਨੇ ਮੈਥੋਂ ਪੁੱਛਿਆ ਕਿ ਤੇਰੇ ਪਾਪਾ ਜੀ ਕਿੱਥੇ ਰਹਿੰਦੇ ਨੇ, ਕੀ ਕਰਦੇ ਨੇ, ਉਹ ਕਦੇ ਤੁਹਾਨੂੰ ਮਿਲਣ ਕਿਉਂ ਨਹੀਂ ਆਉਂਦੇ? ਕੋਈ ਉੱਤਰ ਮੈਥੋਂ ਬਣ ਨਾ ਆਇਆ। ਪਤਾ ਨਹੀਂ ਸੱਚਮੁੱਚ ਹੀ ਉਹਨੂੰ ਕੁਝ ਪਤਾ ਸੀ ਜਾਂ
ਕਈ ਵਾਰੀ ਜਾਣ ਬੁੱਝ ਕੇ ਲੋਕ ਅਜਿਹੀਆਂ ਗੱਲਾਂ ਛੇੜ ਲੈਂਦੇ ਨੇ। ਭਾਵੇਂ ਮੈਂ ਸਮਝਦੀ ਹਾਂ ਕਿ ਨਿੱਤ ਦੀ ਖਲਜਗਣ ਨਾਲੋਂ ਚੰਗਾ ਹੈ ਜੇ ਨਾ ਨਿਭੇ ਤਾਂ ਰਾਹ ਨਿਖੇੜ ਲਏ ਜਾਣ, ਫਿਰ ਵੀ ਜਦੋਂ ਕੋਈ ਪੁੱਛ ਲੈਂਦਾ ਬੜਾ ਔਖਾ ਲੱਗਦਾ ਹੈ। ਪਤਾ ਨਹੀਂ ਕਿਉਂ ਬਾਬਾ ਜੀ ਕਈ ਵਾਰੀ ਬੀਜੀ ਖਾਮ ਖਾਈ ਗੁੱਸੇ ਹੋਣ ਲੱਗ ਜਾਂਦੇ ਨੇ। ਜੀ ਆਪਦਾ ਠੀਕ ਨਹੀਂ ਹੁੰਦਾ, ਗੁੱਸਾ ਮੇਰੇ 'ਤੇ ਕੱਢਦੇ ਨੇ। ਇੱਕ ਉਹਨਾਂ ਦੇ ਸਕੂਲ ਦੀ ਨਵੀਂ ਹੈੱਡ ਮਾਸਟਰ ਨੇ ਬੜਾ ਤੰਗ ਕਰਦੀ ਰਹਿੰਦੀ ਹੈ, ਜੇ ਤੁਸੀਂ ਸਾਡੇ ਨਾਲ ਹੁੰਦੇ ਫਿਰ ਭਲਾ ਉਹਨਾਂ ਨੂੰ ਨੌਕਰੀ ਕਰਨ ਦੀ ਕੀ ਲੋੜ ਸੀ। ਕਈ ਵਾਰੀ ਮੇਰਾ ਬੜਾ ਦਿਲ ਕਰਦਾ ਹੁੰਦਾ ਹੈ ਕਿਸੇ ਚੀਜ਼ ਨੂੰ, ਬੀਜੀ ਲੈ ਕੇ ਨਹੀਂ ਦਿੰਦੇ, ਜੇ ਲੈ ਕੇ ਦਿੰਦੇ ਨੇ ਤਾਂ ਬਕਸ 'ਚ ਰੱਖ ਲੈਂਦੇ ਨੇ ਅਤੇ ਆਖਦੇ ਨੇ ਇਹ ਮੇਰੇ ਵਿਆਹ 'ਤੇ ਦਿੱਤੀ ਜਾਏਗੀ। ਮੇਰੇ ਵਿਆਹ 'ਤੇ ਤਾਂ ਤੁਸੀਂ ਆਓਗੇ। ਇੱਕ ਦਿਨ ਜਦੋਂ ਕਿਤੇ ਥਾਂ ਦੇਖਣ ਜਾਣਾ ਸੀ, ਬੀਜੀ ਅੰਦਰਲਾ ਕੁੰਡਾ ਅੜਾ ਤੁਹਾਡੀ ਤਸਵੀਰ ਬਾਕਸ 'ਚੋਂ ਕੱਢ ਬੜਾ ਚਿਰ ਰੋਂਦੇ ਰਹੇ। ਮੈਂ ਝੀਤ 'ਚੋਂ ਦੇਖਿਆ ਸੀ ਜੇ ਬੀਜੀ ਨੇ ਵਿਆਹ 'ਤੇ ਨਾ ਬੁਲਾਇਆ। ਮੈਂ ਖੱਤ ਲਿਖ ਦਿਆਂਗੀ, ਪਾਪਾ ਜੀ ਤੁਸੀਂ ਜ਼ਰੂਰ ਆ ਜਾਣਾ, ਨਹੀਂ ਤਾਂ ਲੋਕ ਕੀ ਆਖਣਗੇ। ਪਾਪਾ ਜੀ ਤੁਸੀਂ ਸਾਡੇ ਸ਼ਹਿਰ ਦੀ ਬਦਲੀ ਕਿਉਂ ਨਹੀਂ ਕਰਵਾ ਲੈਂਦੇ? ਭਾਵੇਂ ਸਾਡੇ ਘਰ ਕਦੇ ਨਾ ਆਉਣਾ, ਸਾਡੇ ਨਾਲ ਕਦੇ ਨਾ ਬੋਲਣਾ, ਪਰ ਤੁਹਾਡੀ ਸੁੱਖ ਸਾਂਦ ਦਾ ਤਾਂ ਪਤਾ ਲੱਗਦਾ ਰਿਹਾ ਕਰੇਗਾ। ਪਾਪਾ ਜੀ ਪਰਮਾਤਮਾ ਦੀ ਕਸਮ, ਤੁਸੀਂ ਮੈਨੂੰ ਬਹੁਤ ਹੀ ਪਿਆਰੇ ਹੋ, ਕੀ ਚਿੱਠੀ ਦਾ ਜਵਾਬ ਦਿਓਗੇ? ਪਾਪਾ ਜੀ ਕਈ ਵਾਰੀ ਤਾਂ ਮੈਨੂੰ ਤੁਹਾਡੇ 'ਤੇ ਗੁੱਸਾ ਵੀ ਬੜਾ ਆਉਂਦਾ ਹੈ ਕਿ ਬੀਜੀ ਨਾਲ ਭਾਵੇਂ ਤੁਹਾਡੇ ਲੱਖ ਗੁੱਸੇ ਗਿਲੇ ਹੋਣ, ਪਰ ਮੈਂ ਤਾਂ ਤੁਹਾਡਾ ਕੁਝ ਨਹੀਂ ਵਿਗਾੜਿਆ ਸੀ, ਮੈਂ ਤਾਂ ਤੁਹਾਡੀ ਧੀ ਹਾਂ, ਫਿਰ ਵੀ ਤੁਸੀਂ ਕਦੇ ਮੈਨੂੰ ਯਾਦ ਨਾ ਕੀਤਾ, ਕਦੇ ਮੈਨੂੰ ਮਿਲਣ ਨਾ ਆਏ, ਕਿੱਡੇ ਨਿਰਮੋਏ ਹੋ ਤੁਸੀਂ। ਪਰ ਧੀਆਂ ਨੂੰ ਤਾਂ ਮਾਪਿਆਂ ਦੀ ਨਿੱਤ ਲੋੜ ਹੁੰਦੀ ਹੈ, ਮੈਂ ਕਿਵੇਂ ਸਾਰ ਲਵਾਂ? ਪਾਪਾ ਜੀ ਇੱਕੋ ਵਾਰੀ, ਬਸ ਇੱਕੋ ਵਾਰੀ ਮਿਲਣ ਆ ਜਾਓ, ਤੁਹਾਡੀ ਬੇਟੀ ਰਜਨੀ। ਚਿੱਠੀ ਲਿਖ ਕੇ ਕਈ ਦਿਨ ਰਜਨੀ ਸੋਚਦੀ ਰਹੀ ਕਿ ਚਿੱਠੀ ਪਾਵਾਂ ਕਿ ਨਾ, ਪਰ ਇੱਕ ਦਿਨ ਹੌਸਲਾ ਕਰਕੇ ਧੜਕਦੇ ਦਿਲ ਨਾਲ ਉਹ ਆਪਣੀ ਬੀਜੀ ਤੋਂ ਚੋਰੀ ਚਿੱਠੀ ਪਾ ਆਈ। ਚਿੱਠੀ ਪਾਉਣ ਸਾਰ ਹੀ ਉਹਨੂੰ ਡਰ ਜਿਹਾ ਲੱਗਿਆ ਕਿ ਪਤਾ ਨਹੀਂ ਪਾਪਾ ਜੀ ਕੀ ਆਖਣਗੇ, ਪਤਾ ਨਹੀਂ ਬੀਬੀ ਜੀ ਕਿੰਨੇ ਕੁ ਗੁੱਸੇ ਹੋਣਗੇ। ਉਹਦਾ ਦਿਲ ਕੀਤਾ ਕਿ ਕਿਵੇਂ ਨਾ ਕਿਵੇਂ ਚਿੱਠੀ ਰਸਤੇ 'ਚ ਹੀ ਗੁੰਮ ਹੋ ਜਾਏ, ਪਰ ਫਿਰ ਉਹ ਉਤਾਵਲੀ ਹੋ ਕੇ ਉੱਤਰ ਉਡੀਕਣ ਲੱਗੀ। ਕਦੇ ਦਰਵਾਜ਼ਾ ਖੜਕਦਾ ਉਹ ਚੌਂਕ ਕੇ ਉੱਠਦੀ, ਕਿਤੇ ਉਹਦੇ ਪਾਪਾ ਜੀ ਹੀ ਆਏ ਹੋਣ। ਕਦੇ ਕਾਂ ਕੁਰਲਾਉਂਦਾ ਉਹ ਸਧਰਾਈਆਂ ਅੱਖਾਂ ਨਾਲ ਤੱਕਦੀ ਕਿ ਕਿਤੇ ਉਹਦੇ ਪਾਪਾ ਜੀ ਦੇ ਆਉਣ ਦਾ ਸੁਨੇਹਾ ਲੈ ਕੇ ਆਇਆ ਹੋਵੇ। ਕਦੇ ਪਰਾਤ 'ਚੋਂ ਆਟਾ ਭੁੜਕਦਾ ਉਹ ਇੱਕ ਜਣੇ ਦੀ ਰੋਟੀ ਵੱਧ ਤਿਆਰ ਕਰ ਲੈਂਦੀ, ਕਿਤੇ ਉਸ ਵੇਲੇ ਤਿਆਰ ਕਰਦਿਆਂ ਦੇਰ ਨਾ ਹੋ ਜਾਏ। ਆਥਣ ਸਵੇਰੇ ਦੋ ਵੇਲੇ ਹੁਣ ਉਹ ਘਰ ਨੂੰ ਝਾੜਦੀ ਪੂੰਝਦੀ, ਬੈਠਣ ਵਾਲੇ ਕਮਰੇ ਦੇ ਭਾਰੀ ਪਰਦੇ ਵੀ ਉਹਨੇ ਆਪੇ ਘਰ ਧੋ ਲਏ ਕਿ ਧੋਬੀ ਸ਼ਾਇਦ ਕਈ ਦਿਨਾਂ ਮਗਰੋਂ ਲਿਆਵੇ। ਬੀਬੀ ਜੀ ਦੇ ਬੁੜਬੁੜ ਕਰਦਿਆਂ ਵੀ ਉਹ ਨਵਾਂ ਟੀ ਸੈੱਟ ਲੈ ਆਈ। ਰਾਤੀ ਸੁੱਤਿਆਂ ਸੁੱਤਿਆਂ ਕਦੇ ਉਹਨੂੰ ਸੁਪਨਾ ਆਉਂਦਾ ਜਾਣੀ ਸੋਨੇ ਦੀ ਬੱਗੀ 'ਚ ਬੈਠ ਕੇ ਉਹਦੇ ਪਾਪਾ ਜੀ ਆਏ ਨੇ, ਉਹਦੇ ਲਈ ਬੜੀ ਰੇਸ਼ਮੀ ਕੱਪੜੇ, ਮੋਤੀਆਂ ਦਾ ਹਾਰ, ਸੋਹਣੀਆਂ ਕਿਤਾਬਾਂ ਲਿਆਏ ਨੇ। ਕਦੇ ਸੁਪਨਾ ਆਉਂਦਾ ਜਾਣੀ ਉਹਨਾਂ ਨੇ ਦੋ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਸ ਲੜਕੀ ਨੇ ਮੇਰੀ ਨੀਂਦ ਖਰਾਬ ਕੀਤੀ ਹੈ, ਲੈ ਜਾਓ ਫੜ ਕੇ। ਕਦੇ ਉਹ ਬੜੀ ਖੁਸ਼ ਹੁੰਦੀ, ਕਦੇ ਡਾਢੀ ਬੇਚੈਨ। ਉਡੀਕਦਿਆਂ ਉਡੀਕਦਿਆਂ ਕਾਲਜ 'ਚ ਇੱਕ ਦਿਨ ਚਿੱਠੀ ਉਹਦੇ ਨਾਂ ਦੀ ਆਈ। ਚਿੱਠੀ ਫੜਦਿਆਂ ਉਹਦਾ ਦਿਲ ਜ਼ੋਰ ਜ਼ੋਰ ਨਾਲ ਤੱਕ ਤੱਕ ਕਰਨ ਲੱਗ ਪਿਆ। ਛੁੱਟੀ ਲੈ ਕੇ ਉਹ ਘਰ ਆ ਗਈ। ਬੀਜੀ ਉਹਦੇ ਸਕੂਲ ਗਏ ਸੀ। ਕਾਹਲੀ ਕਾਹਲੀ ਉਹਨੇ ਚਿੱਠੀ ਖੋਲ੍ਹੀ, ਲਿਖਿਆ ਸੀ, ਪਿਆਰੀ ਬੇਟੀ ਰਜਨੀ, ਚਿੱਠੀ ਤੇਰੀ ਮਿਲੀ। ਬੇਟੀ ਤੂੰ ਮੈਨੂੰ ਬਹੁਤ ਪਿਆਰੀ ਹੈ, ਤੂੰ ਯਾਦ ਵੀ ਬੜੀ ਵਾਰੀ ਆ ਜਾਂਦੀ ਹੈ, ਪਰ ਰਾਣੀ ਤੂੰ ਮੇਰੀਆਂ ਮਜਬੂਰੀਆਂ ਨਹੀਂ ਸਮਝਦੀ, ਇਸ ਕਰਕੇ ਗਿਲੇ ਕਰਦੀ ਹੈ। ਕੁਝ ਗਲਤ ਫਹਿਮੀਆਂ ਜਾਂ ਬਦਕਿਸਮਤੀ ਕਰਕੇ ਤੇਰੇ ਬੀਜੀ ਨੇ ਬੀਜੀ ਅਤੇ ਮੇਰੇ ਰਾਹ ਨਿਖੜ ਗਏ, ਤੇਰੇ ਬੀਜੀ ਮੇਰੇ ਕੋਲੋਂ ਚਲੇ ਗਏ, ਸ਼ਾਇਦ ਔਖੇ ਹੋ ਗਏ, ਉਹ ਤੈਨੂੰ ਵੀ ਨਾਲ ਲੈ ਗਏ। ਜਦੋਂ ਗੁੱਸਿਆਂ ਗਿਲਿਆਂ ਦੀ ਗਰਮੀ ਦਿਮਾਗ 'ਚ ਉਤਰੀ ਤਾਂ ਮੈਨੂੰ ਪਤਾ ਲੱਗਿਆ ਮੇਰੀ ਦੁਨੀਆ ਸੁੰਨੀ ਹੋ ਗਈ ਸੀ। ਮੈਂ ਬੜਾ ਔਖਾ ਹੋਇਆ, ਇੱਕ ਦੋ ਬੰਦਿਆਂ ਰਾਹੀਂ ਤੇਰੇ ਬੀਜੀ ਨੂੰ ਸੁਨੇਹੇ ਵੀ ਭੇਜੇ ਕਿ ਗੁੱਸੇ ਗਿਲੇ ਭੁੱਲ ਆ ਜਾਣ। ਉਹਨਾਂ ਜਨਾਨੀਆਂ ਵਾਲਾ ਹੱਠ ਕਰ ਲਿਆ ਅਤੇ ਮੈਂ ਚਾਹੁੰਦਾ ਹੋਇਆ ਵੀ ਆਪ ਨਾ ਲੈਣ ਜਾ ਸਕਿਆ। ਫਿਰ ਨਫ਼ਰਤਾਂ ਵੱਧਦੀਆਂ ਗਈਆਂ, ਫਿਰ ਮੇਰੇ ਘਰਦਿਆਂ ਹੋਰ ਵਿਆਹ ਲਈ ਜ਼ੋਰ ਪਾਇਆ। ਇਸ ਤਰ੍ਹਾਂ ਮੈਨੂੰ ਤੇਰੇ ਨਵੇਂ ਬੀਜੀ ਦੇ ਘਰਦਿਆਂ ਨਾਲ ਕੁਝ ਵਾਅਦੇ ਵੀ ਕਰਨੇ ਪਏ। ਬੜੇ ਚੰਗੇ ਨੇ ਤੇਰੇ ਬੀਜੀ, ਮੈਂ ਉਹਨਾਂ ਨਾਲ ਦਗਾ ਨਹੀਂ ਕਰ ਸਕਦਾ, ਮੈਂ ਉਸ ਔਰਤ ਦਾ ਬੜਾ ਹੀ ਰਿਣੀ ਹਾਂ, ਉਹ ਮੇਰੀਆਂ ਔਖਾਂ ਸਮਝਦੀ ਏ, ਮੈਨੂੰ ਸਹਾਰਾ ਦਿੰਦੀ ਏ, ਮੈਂ ਕਦੇ ਕੁਝ ਉਹਨੂੰ ਔਖਿਆਂ ਕਰਨ ਵਾਲਾ ਕੰਮ ਨਹੀਂ ਕਰ ਸਕਦਾ। ਹਾਂ, ਤੇਰੇ ਵਿਆਹ ਬਾਰੇ ਉਹਨੇ ਆਖ ਦਿੱਤਾ ਹੈ ਕਿ ਮੈਂ ਚਲਿਆ ਜਾਵਾਂ, ਜੋ ਕੁਝ ਸਰੇ ਦੇ ਵੀ ਆਵਾਂ, ਪਰ ਇੱਕੋ ਵਾਰੀ ਬਸ। ਸੋ ਬੇਟੀ ਮੈਂ ਤੇਰੇ ਵਿਆਹ 'ਤੇ ਹੀ ਆਵਾਂਗਾ। ਇਸ ਤਰ੍ਹਾਂ ਦੀਆਂ ਹੋਰ ਚਿੱਠੀਆਂ ਲਿਖ ਕੇ ਤੂੰ ਪਰੇਸ਼ਾਨ ਨਾ ਕਰੀਂ, ਅਤੇ ਨਾ ਹੀ ਆਪਣੇ ਬੀਜੀ ਤੋਂ ਉਹਨਾਂ ਦੀ ਪਿਛਲੀ ਜ਼ਿੰਦਗੀ ਬਾਰੇ ਸਵਾਲ ਪੁੱਛ ਔਖਿਆ ਕਰੀਂ। ਬੜੇ ਪਿਆਰ ਨਾਲ ਤੇਰੇ ਪਾਪਾ ਜੀ।
ਚਿੱਠੀ ਪੜ੍ਹਦਿਆਂ ਇੱਕ ਵਾਰੀ ਤੇ ਰਜਨੀ ਨੂੰ ਰੋਣਾ ਆ ਗਿਆ, ਪਰ ਫਿਰ ਉਹ ਮੁਸਕਰਾ ਪਈ। ਉਸੇ ਸ਼ਾਮ ਬੜੇ ਚਾਅ ਨਾਲ ਉਹਨੇ ਆਪਣੇ ਬੀਜੀ ਨੂੰ ਆਖਿਆ, ਬੀਜੀ ਤੁਸੀਂ ਮੇਰਾ ਵਿਆਹ ਕਦੋਂ ਕਰੋਗੇ? ਅਤੇ ਬੀਜੀ ਦੋ ਪਲ ਹੈਰਾਨੀ ਨਾਲ ਉਹਦੇ ਵੱਲ ਤੱਕਦੇ ਰਹੇ ਅਤੇ ਫਿਰ ਹੱਸ ਪਏ। ਅਗਲੀ ਕਹਾਣੀ ਹੈ ਝਟਕਈ ਦਾ ਮੁੰਡਾ। ਪਟਿਆਲੇ ਦੇ ਅਨਾਰਦਾਣੇ ਚੌਕ ਦੇ ਮੋੜ 'ਤੇ ਉਹਨਾਂ ਦੀ ਦੁਕਾਨ ਹੈ। ਦੁਕਾਨਾਂ ਤਾਂ ਭਾਵੇਂ ਕੋਲ ਹੀ ਇੱਕ ਦੋ ਹੋਰ ਵੀ ਹਨ, ਪਰ ਮਹਾਂ ਸਿੰਘ ਝਟਕਈ ਦੀ ਦੁਕਾਨ ਬਾਰੇ ਮਸ਼ਹੂਰ ਹੈ ਕਿ ਉੱਥੋਂ ਜਿਸ ਵੇਲੇ ਚਾਹੋ ਕੱਚਾ ਝਟਕਾ ਮਿਲ ਜਾਂਦਾ, ਅਤੇ ਜੇ ਨਾ ਹੀ ਹੋਵੇ ਉਹ ਜਾਨਵਰ ਨੂੰ ਉਸੇ ਵੇਲੇ ਝਟਕਾ ਕੇ ਦੇ ਦਿੰਦਾ। ਆਮ ਝਟਕਈਆਂ ਵਾਂਗ ਕਿਸੇ ਦਿਨ ਤਿਉਹਾਰ ਥਿੱਤ ਵਾਰ ਦਾ ਉਹਨੂੰ ਖਿਆਲ ਨਹੀਂ। ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਉਹ ਦੋ ਬੱਕਰੇ, ਪੰਜ ਚਾਰ ਮੁਰਗੇ, ਇੱਕ ਸੂਰ ਝਟਕਾਉਂਦਾ। ਉਹਦਾ ਕਹਿਣਾ ਸੀ ਕਿ ਝਟਕਾਉਣ ਵੇਲੇ ਕਈ ਜਾਨਵਰ ਬੜੇ ਉੱਭੜਦੇ ਨੇ, ਲਹੂ ਦੀਆਂ ਛਿੱਟਾਂ ਨਾਲ ਕੱਪੜੇ ਭਰ ਜਾਂਦੇ ਨੇ, ਇਸ ਲਈ ਇਹ ਕੰਮ ਮੁਕਾ ਕੇ ਹੀ ਨਹਾ ਧੋ ਕੇ ਚਾਹ ਪੀਂਦਾ। ਪਹਿਲਾਂ ਤਾਂ ਉਹ ਆਪ ਹੀ ਬੜਾ ਤਕੜਾ ਹੁੰਦਾ ਸੀ, ਜਾਨਵਰ ਨੂੰ ਨੂੜ ਕੇ ਵੱਢ ਸੁੱਟਦਾ, ਪਰ ਹੁਣ ਕਈ ਵਾਰ ਝਟਕਾਉਣ ਵੇਲੇ ਉਹਨੂੰ ਆਪਣੇ ਮੁੰਡੇ ਦੀ ਵੀ ਮਦਦ ਲੈਣੀ ਪੈਂਦੀ ਸੀ। ਮੁੰਡਾ ਜਾਨਵਰ ਦੀ ਗਰਦਨ ਦੱਬ ਕੇ ਰੱਖਦਾ ਅਤੇ ਉਹ ਵੱਢਦਾ। ਪਹਿਲੇ ਪਹਿਲ ਤਾਂ ਉਹਦਾ ਮੁੰਡਾ ਇਸ ਕੰਮ ਤੋਂ ਘਬਰਾਉਂਦਾ ਸੀ, ਪਰ ਇੱਕ ਦਿਨ ਜਦੋਂ ਉਹਦੇ ਬਾਪ ਨੇ ਇੱਕ ਮੁਰਗੇ ਦੀ ਗਰਦਨ ਵੱਢੀ, ਉਹ ਹੱਥੋਂ ਛੁੱਟ ਗਿਆ। ਬਿਨਾਂ ਹੀ ਗਰਦਨ ਤੋਂ ਉੱਪਰ ਨੂੰ ਉੱਡਿਆ, ਡਿੱਗ ਪਿਆ, ਫਿਰ ਉੱਡਿਆ, ਡਿੱਗਿਆ। ਮੁਰਗੇ ਦਾ ਇਹ ਤਮਾਸ਼ਾ ਮੁੰਡੇ ਨੂੰ ਬੜਾ ਚੰਗਾ ਲੱਗਿਆ। ਫਿਰ ਜਦੋਂ ਵੀ ਉਹਦਾ ਬਾਪ ਜਾਨਵਰਾਂ ਨੂੰ ਵੱਢਦਾ, ਉਹਨਾਂ ਨੂੰ ਤੜਫਦਿਆਂ ਵੇਖਣ ਲਈ ਆ ਜਾਂਦਾ। ਹੌਲੀ ਹੌਲੀ ਕੰਮ ਵਿੱਚ ਵੀ ਹੱਥ ਵਟਾਉਣ ਲੱਗਾ, ਪਰ ਬਾਪ ਉਹਦਾ ਨਹੀਂ ਚਾਹੁੰਦਾ ਕਿ ਵੱਡਾ ਹੋ ਕੇ ਉਹਦਾ ਮੁੰਡਾ ਵੀ ਇਹੀ ਕੰਮ ਕਰੇ, ਇਸ ਲਈ ਉਹ ਹਮੇਸ਼ਾ ਪੜ੍ਹਨ ਲਈ ਕਹਿੰਦਾ ਰਹਿੰਦਾ। ਸਕੂਲ ਵਾਲੇ ਉਹਦੇ ਹੱਥੋਂ ਡਾਢੇ ਤੰਗ ਹਨ। ਮਾਸ ਖਾ ਖਾ ਦੇਹ ਉਹਦੀ ਚੰਗੀ ਪਲ ਗਈ ਸੀ। ਸਾਰੇ ਜਮਾਤੀਆਂ ਨਾਲੋਂ ਉਹ ਤਕੜਾ ਸੀ, ਸਭ 'ਤੇ ਰੋਹ ਪਾਉਂਦਾ ਸੀ। ਜਿਸ ਨਾਲ ਲੜ ਪੈਂਦਾ ਉਹਨੂੰ ਐਡੀ ਬੇਕਿਰਕੀ ਨਾਲ ਮਾਰਦਾ ਕਿ ਥਾਂ ਕ ਥਾਂ ਸੱਟ ਲੱਗਣ ਦੀ ਪਰਵਾਹ ਨਾ ਕਰਦਾ। ਇੱਕ ਦਿਨ ਇੱਕ ਮੁੰਡੇ ਦੇ ਸਿਰ 'ਚ ਅਜਿਹਾ ਮੁੱਕਾ ਮਾਰਿਆ ਕਿ ਦੋ ਘੰਟੇ ਉਹਦੀ ਨਕਸੀਰ ਨਾ ਹੱਟੀ। ਮਾਸਟਰ ਨੇ ਇਹਦੇ 10 ਬੈਂਤਾਂ ਲਾਈਆਂ, ਹੱਥ ਸੁੱਜ ਗਏ, ਪਰ ਬਾਜ਼ ਫਿਰ ਵੀ ਨਾ ਆਇਆ। ਦੂਜੇ ਤੀਜੇ ਦਿਨ ਇੱਕ ਮੁੰਡੇ ਨੂੰ ਧੱਕਾ ਦੇ ਕੇ ਐਡੀ ਜ਼ੋਰ ਨਾਲ ਸੁੱਟਿਆ, ਉਹਦੀ ਬਾਂਹ ਟੁੱਟ ਗਈ। ਹੈੱਡ ਮਾਸਟਰ ਨੇ ਇਹਨੂੰ 10 ਰੁਪਈਏ ਜੁਰਮਾਨਾ ਕੀਤਾ, ਬਾਪ ਨੂੰ ਬੁਲਾ ਕੇ ਉਲਾਂਭਾ ਦਿੱਤਾ, ਸਾਰਾ ਦਿਨ ਧੁੱਪੇ ਖੜ੍ਹਾ ਰੱਖਿਆ ਅਤੇ ਕੁਟਾਈ ਵੀ ਕੀਤੀ। ਇੱਕ ਦਿਨ ਹਿਸਾਬ ਵਾਲੇ ਮਾਸਟਰ ਨੇ ਡਾਂਟਿਆ ਤਾਂ ਬਾਹਰ ਆ ਕੇ ਮੁੰਡਿਆਂ ਨੂੰ ਆਖਣ ਲੱਗਾ, ਸਾਲੇ ਲਮਟੀਂਗ, ਜੇ ਤਾਂ ਰਾਤ ਨੂੰ ਗਲ ਵੱਢ ਆਉਣਾ। ਉਹ ਐਡਾ ਨਿਰਦਈ ਸੀ, ਐਡਾ ਖਰਵਾ ਸੀ ਕਿ ਮੁੰਡੇ ਉਹਦੇ ਮੂੰਹ 'ਤੇ ਤਾਂ ਭਾਵੇਂ ਉਹਨੂੰ ਪ੍ਰੀਤਮ ਹੀ ਆਖਦੇ, ਪਰ ਪਿੱਛੋਂ ਹਮੇਸ਼ਾ ਝਟਕਈ ਦਾ ਮੁੰਡਾ ਆ ਕੇ ਗੱਲਾਂ ਕਰਦੇ। ਇੱਕ ਦਿਨ ਸਵੇਰੇ ਸਵੇਰੇ ਸਕੂਲ ਦੇ ਮੁੰਡਿਆਂ ਨੂੰ ਆਖਣ ਲੱਗਾ ਕਿ ਆਓ ਤੁਹਾਨੂੰ ਇੱਕ ਤਮਾਸ਼ਾ ਵਿਖਾਵਾਂ। ਆਪਣੇ ਜਮੈਟਰੀ ਬਾਕਸ 'ਚ ਉਹਨੇ ਕਿੰਨੀਆਂ ਸਾਰੀਆਂ ਤਿੱਤਲੀਆਂ ਅਤੇ ਟਿੱਡੇ ਬੰਦ ਕੀਤੇ ਸੀ। ਝੋਲੇ 'ਚ ਕਿੱਕਰ ਦੀਆਂ ਵੱਡੀਆਂ ਵੱਡੀਆਂ ਸੂਲਾਂ ਸੀ, ਇੱਕ ਇੱਕ ਕਰਕੇ ਤਿੱਤਲੀਆਂ ਨੂੰ ਕੱਢਦਾ, ਢਿੱਡਾਂ 'ਚ ਸੂਲਾਂ ਕੱਢ ਕੇ ਜ਼ਮੀਨ 'ਤੇ ਛੱਡ ਦਿੰਦਾ। ਉਹ ਤੜਫਦੀਆਂ ਘੁੰਮਦੀਆਂ ਆਪ ਖੁਸ਼ ਹੁੰਦਾ, ਟਿੱਡਿਆਂ ਦੀਆਂ ਪੂਛਾਂ ਵਿੱਚ ਸੂਲਾਂ 'ਚ ਭੋ ਕੇ ਉਡਾਉਂਦਾ। ਉਹ ਉੱਡਣ ਲੱਗਦੇ, ਤੜਪਦੇ, ਡਿੱਗ ਪੈਂਦੇ, ਉਹ ਕਹਿੰਦਾ ਦੇਖੋ ਮੇਰੇ ਜਾਦੂ ਦੇ ਹਵਾਈ ਜਹਾਜ਼। ਅਤੇ ਜਦੋਂ ਘੰਟੀ ਵੱਜੀ, ਸਭ ਨੂੰ ਪੈਰਾਂ ਹੇਠ ਮਸਲ ਕੇ ਤੁਰ ਗਿਆ ਤਾਂ ਜੋ ਉਹਦੇ ਜਾਦੂ ਦੇ ਖੇਲ ਨੂੰ ਕੋਈ ਹੋਰ ਨਾ ਲੈ ਲਵੇ। ਦੋ ਤਿੰਨ ਵਾਰੀ 10ਵੀਂ 'ਚੋਂ ਫੇਲ ਹੋ ਗਿਆ। ਹੁਣ ਤਾਂ ਮਾਸਟਰ ਵੀ ਉਹ ਤੋਂ ਝਿੱਪਣ ਲੱਗ ਪਏ ਸੀ, ਕਿਉਂਕਿ ਜੋ ਵੀ ਦਿਲ ਕਰਦਾ ਉਹ ਬਿਨਾਂ ਝਿਜਕ ਕਹਿ ਦਿੰਦਾ, ਪਿੱਛੋਂ ਭਾਵੇਂ ਬੈਂਤਾਂ ਹੀ ਖਾਣੀਆਂ ਪੈਂਦੀਆਂ। ਇੱਕ ਦਿਨ ਉਹਦਾ ਪੁਰਾਣਾ ਜਮਾਤੀ ਮਿਲਿਆ ਜੋ ਹੁਣ ਕਾਲਜ 'ਚ ਪੜ੍ਹਦਾ ਸੀ। ਆਖਣ ਲੱਗਾ ਕਰੋ ਇਹ ਸਾਲਿਆ 10ਵੀਂ, ਤੈਨੂੰ ਕਾਲਜ ਲਿਜਾਈਏ। ਪਰੀਆਂ ਵਰਗੀਆਂ ਕੁੜੀਆਂ ਮੋਰਲੇ ਡੈਸਕਾਂ 'ਤੇ ਬੈਠੀਆਂ ਹੁੰਦੀਆਂ, ਹੇਠਾਂ ਦੀ ਮਲਕ ਦੇ ਕੇ ਭਾਵੇਂ ਅਗਲੀ ਦੇ ਪੈਰ ਨਾਲ ਪੈਰ ਲਾ ਦਿਓ, ਕੀ ਪਤਾ ਲੱਗਦਾ। ਜ਼ਰਾ ਘੂਰ ਕੇ ਝਾਕੇ ਤਾਂ ਮੁਸਕਰਾ ਦਿਓ, ਧਰਮ ਨਾਲ ਕਦੇ ਕਦੇ ਤਾਂ ਕਿਸੇ ਦੀ ਚੁੰਨੀ ਦਾ ਪੱਲਾ ਉੱਡ ਕੇ ਤੁਹਾਡੇ ਮੂੰਹ 'ਤੇ ਆ ਵੱਜਦਾ। ਅਤੇ ਫਿਰ ਰਾਤ ਨੂੰ ਜਦੋਂ ਕੋਈ ਫੰਕਸ਼ਨ ਹੁੰਦਾ, ਕੋਈ ਨਾ ਕੋਈ ਜਣਾ ਬਿਜਲੀ ਦਾ ਫਿਊਜ਼ ਉਡਾ ਹੀ ਦਿੰਦਾ, ਫਿਰ ਜਿਹਦੇ ਮਰਜ਼ੀ ਮੋਢਾ ਮਾਰ ਕੇ ਲੰਘ ਜਾਓ। ਅੱਛਾ, ਪ੍ਰੀਤਮ ਦਾ ਮੂੰਹ ਟੱਡਿਆ ਰਹਿ ਗਿਆ। ਉਸ ਸਾਲ ਉਹਨੇ ਆਪਣੇ ਬਾਪ ਨੂੰ ਆਖ ਕੇ ਇੱਕ ਮਾਸਟਰ ਦੇ ਘਰ ਜਾ ਕੇ ਪੜ੍ਹਨਾ ਸ਼ੁਰੂ ਕਰਤਾ, ਸਾਰੇ ਮਜ਼ਮੂਨਾਂ ਨੂੰ ਨਵੀਆਂ ਕਾਪੀਆਂ ਲਾ ਕੇ ਕੰਮ ਸ਼ੁਰੂ ਕਰਤਾ। ਜਿਹੜੀਆਂ ਕਿਤਾਬਾਂ ਨਹੀਂ ਸਨ ਕੋਲ ਉਹ ਖਰੀਦੀਆਂ। ਉਹ ਨਿੱਤ ਰੱਬ ਨੂੰ ਕਹਿੰਦਾ ਕਿ ਉਹਨੂੰ ਪਾਸ ਕਰ ਦੇਵੇ। ਇੱਕ ਦਿਨ ਉਹ ਗੁਰਦੁਆਰੇ ਗਿਆ, ਬਸੰਤ ਪੰਚਮੀ ਦਾ ਦਿਨ ਸੀ, ਭੀੜ ਵਿੱਚ ਉਹਨੇ ਵੀ ਦੋ ਚਾਰ ਜਣੀਆਂ ਦੇ ਚੂੰਡੀਆਂ ਵੱਢੀਆਂ। ਕਿੰਨਾ ਚਿਰ ਉਹ ਪੌਣੇ ਤੋਂ ਬਾਹਰ ਨਹਾਉਂਦੀਆਂ ਜਨਾਨੀਆਂ ਨੂੰ ਧੱਕਦਾ ਰਿਹਾ। ਫਿਰ ਉਹਨੂੰ ਲੱਗਿਆ ਜਿਵੇਂ ਕੁਛ ਉਹਦੇ ਅੰਦਰ ਉੱਬਲ ਰਿਹਾ ਹੋਵੇ। ਉਹ ਕੱਪੜੇ ਲਾ ਕੇ ਨਹਾਉਣ ਲੱਗ ਪਿਆ। ਉਹ ਭਾਈ ਦੀ ਅੱਖ ਬਚਾ ਕੇ ਘੰਟਾ ਸਾਰਾ ਮਲ ਮਲ ਨਹਾਉਂਦਾ ਰਿਹਾ। ਫਿਰ ਇੱਕਾਇੱਕ ਉਹਨੇ ਸੋਚਿਆ, ਜੇ ਭਲਾ ਕਿਸੇ ਕੁੜੀ ਦਾ ਪੈਰ ਫਿਸਲ ਜਾਏ
ਫਿਰ ਰੁੜ ਜਾਏ ਲੋਕ ਰੌਲਾ ਪਾਉਣ। ਮੈਂ ਛਾਲ ਮਾਰ ਦਿਆਂ ਅਤੇ ਪਾਣੀ ਦੇ ਹੇਠਾਂ ਮੈਂ ਉਹਦੇ ਲੱਕ ਦੁਆਲੇ ਆਪਣੀ ਬਾਂਹ ਬੁਲਾ ਦਿਆਂ, ਖਿੱਚ ਕੇ ਕੋਲ ਕਰ ਲਵਾਂ ਜਮਾਂ ਹੀ ਕੋਲ, ਅਤੇ ਫਿਰ ਹੌਲੀ ਹੌਲੀ ਪਾਣੀ ਤੋਂ ਬਾਹਰ ਲੈ ਆਵਾਂ। ਭਿੱਜ ਕੇ ਕੱਪੜੇ ਉਹਦੇ ਪਿੰਡੇ ਨਾਲ ਚਿਪਕੇ ਹੋਏ ਹੋਣ। ਥੋੜ੍ਹੀ ਸ਼ਰਮਾ ਕੇ, ਥੋੜ੍ਹੀ ਮੁਸਕਰਾ ਕੇ ਉਹ ਮੇਰੇ ਵੱਲ ਤੱਕ ਕੇ ਆਖੇ, ਮੈਂ ਤਾਂ ਅੱਜ ਡੁੱਬੀ ਜਾਣਾ ਸੀ ਜੇ। ਪਰ ਕਿਸੇ ਵੀ ਕੁੜੀ ਦਾ ਪੈਰ ਨਾ ਫਿਸਲਿਆ। ਉਹ ਕਿੰਨਾ ਚਿਰ ਉਡੀਕ ਉਡੀਕ ਕੇ ਉੱਥੋਂ ਆਇਆ। ਸਾਰਾ ਦਿਨ ਉਹ ਗੁਰਦੁਆਰੇ ਦੀ ਭੀੜ ਵਿੱਚ ਕੁੜੀਆਂ ਦੇ ਮਗਰ ਮਗਰ ਇੱਧਰ ਉੱਧਰ ਫਿਰਦਾ ਰਿਹਾ। ਅੱਜ ਪਾਨ ਵੀ ਉਹਨੇ ਪੂਰੀਆਂ 2 ਦਰਜਣਾਂ ਖਾ ਲਏ ਸੀ। ਸੈਂਟ ਦੇ ਤਾਜ਼ੇ ਫੰਬੇ ਕੰਨਾਂ 'ਚ ਅੜੂੰਗੇ, ਲਾਲ ਰੁਮਾਲ ਗਲ ਦੁਆਲੇ ਬੰਨਿਆ, ਮੰਗ ਕੇ ਘੜੀ ਵੀ ਲਾਈ। ਪਰ ਸਿਨਮੇ 'ਚ ਜਿਵੇਂ ਆਮ ਹੋ ਜਾਂਦਾ, ਕਿਸੇ ਕੁੜੀ ਨੇ ਉਹਦੇ ਵੱਲ ਮੁਸਕਰਾ ਕੇ ਨਹੀਂ ਦੇਖਿਆ। ਰਾਤ ਨੂੰ ਥੱਕ ਟੁੱਟ ਕੇ ਘਰ ਆਇਆ, ਝੋਲੇ 'ਚੋਂ ਇੱਕ ਚੱਪਲਾਂ ਦਾ ਜੋੜਾ ਕੱਢ ਧਿਆਨ ਨਾਲ ਤੱਕਦਾ ਕਹਿਣ ਲੱਗਾ, ਚਲੋ ਕਿਸੇ ਦੀ ਨਿਸ਼ਾਨੀ ਸਹੀ। ਫਿਰ ਉਹਨੂੰ ਖਿਆਲ ਆਉਣ ਲੱਗਿਆ ਵੀ ਇਹਨਾਂ ਚੱਪਲਾਂ ਵਾਲੀ ਕੁੜੀ ਕਿਹੋ ਜਿਹੀ ਹੋਏਗੀ? ਸ਼ਾਇਦ ਪਤਲੀ ਲਗਰ ਅਰਗੀ, ਵੱਡੀਆਂ ਵੱਡੀਆਂ ਅੱਖਾਂ ਵਾਲੀ, ਸ਼ਾਇਦ ਕਣਕ ਵੰਨੇ ਰੰਗ ਵਾਲੀ, ਮਿੱਠੀ ਮਿੱਠੀ ਮੋਰਨੀ ਵਰਗੀ, ਸ਼ਾਇਦ ਉੱਚੀ ਲੰਮੀ ਚਿੱਟੇ ਚਿੱਟੇ ਪੈਰਾਂ ਵਾਲੀ, ਜਾਂ ਫਿਰ ਕੋਈ ਮੋਟੀ ਝੋਟੀ ਅੱਧ ਖੜਜੀ ਜਨਾਨੀ, ਗੋਦੀ ਮੁੰਡਾ ਚੱਕੀ, ਢਹਿ ਜਾਣਾ ਰੁੜ ਜਾਣਾ, ਖਬਰ ਨਹੀਂ ਕਿਹੜਾ ਮੇਰੀਆਂ ਚੱਪਲਾਂ ਚੱਕ ਕੇ ਲੈ ਗਿਆ ਆਖਦੀ, ਜਾਂ ਫਿਰ ਕੋਈ ਕਾਲਜ 'ਚ ਮੂਹਰਲੇ ਡੈਸਕ 'ਤੇ ਬੈਠਣ ਵਾਲੀ ਭਰੀਆਂ ਅਰਗੀ। ਅਤੇ ਉਹਨੇ ਚੱਪਲਾਂ ਉੱਤੇ ਹੱਥ ਫੇਰਦਿਆਂ ਆਖਿਆ, ਮੇਰੀ ਜਾਨ ਆਪਣੀ ਮਾਲਕਣ ਕੋ ਵੀ ਬੁਲਾਓ। ਅਤੇ ਫਿਰ ਉਹਨੂੰ ਨੀਂਦ ਆ ਗਈ। ਬਾਪ ਉਹਦੇ ਨੇ ਰੋਟੀ ਬਣਾ ਰੱਖੀ ਸੀ, ਪਰ ਅੱਜ ਉਹਨੂੰ ਭੁੱਖ ਨਹੀਂ ਸੀ। ਨਤੀਜਾ ਨਿਕਲਿਆ, ਉਹ ਪਾਸ ਹੋ ਗਿਆ। ਬਾਪੂ ਅੱਜ ਮੁਫ਼ਤ ਵੰਡ ਸਭ ਨੂੰ ਝਟਕਾ, ਮੈਂ ਪਾਸ ਹੋ ਗਿਆ। ਉਹਨੇ ਚੰਭਲ ਕੇ ਆਖਿਆ, ਲੈ ਪੁੱਤਰਾ ਤੂੰ ਪਾਸ ਕਿਹੜਾ ਨਿਤ ਨਿਤ ਹੋਣਾ, ਆਖ 2 ਬੱਕਰੇ ਉਹਨੇ ਹੋਰ ਵੱਢ ਲਏ। ਮਹਾਂ ਸਿੰਘ ਝਟਕਾਈ ਨੇ ਆਪਣੇ ਦੋਸਤਾਂ ਮਿੱਤਰਾਂ ਨਾਲ ਰਲ ਕੇ ਉਸ ਦਿਨ ਬੜੀ ਸ਼ਰਾਬ ਪੀਤੀ। 100 ਰੁਪਈਆ ਦੇ ਕੇ ਗਾਉਣ ਵਾਲੀ ਇੱਕ ਕੰਜਰੀ ਵੀ ਸੱਦੀ ਗਈ। ਪ੍ਰੀਤਮ ਕਾਲਜ ਦਾਖਲ ਹੋ ਗਿਆ। ਸੱਚਮੁੱਚ ਹੀ ਉੱਥੇ ਤਾਂ ਕੁੜੀਆਂ ਨਾਲ ਪੜ੍ਹਦੀਆਂ ਸੀ। ਇਹ ਦੇਖ ਕੇ ਉਹਨੇ ਬਾਪ ਨੂੰ ਆਖ ਕੇ ਨਵੇਂ ਕੱਪੜੇ ਸਿਲਵਾਏ, ਬੂਟ ਖਰੀਦੇ, ਘੜੀ ਲਈ, ਨਵੀਆਂ ਪੱਗਾਂ ਰੰਗਵਾਈਆਂ। ਹੁਣ ਉਹ ਦਾੜ੍ਹੀ ਵੀ ਕੱਟ ਸਵਾਰ ਕੇ ਰੱਖਦਾ, ਕਾਲਜ ਜਾਣ ਲੱਗਿਆ ਮੂੰਹ 'ਤੇ ਕਰੀਮ ਮਲਦਾ, ਰਸਤੇ 'ਚੋਂ ਪਾਨ ਖਾਂਦਾ, ਜਮਾਤ 'ਚ ਬੈਠਾ ਬਹੁਤਾ ਚਿਰ ਉਹ ਕੁੜੀਆਂ ਵਾਲੀ ਝਾਕਦਾ ਰਹਿੰਦਾ। ਕਲਾਸ ਤੋਂ ਬਾਹਰ ਦੂਰੋਂ ਲੰਘਦੀਆਂ ਦੇਖ ਕਦੇ ਉਹ ਕਿਸੇ ਮੁੰਡੇ ਨਾਲ ਜੱਫੀਆਂ ਪਾ ਕੇ ਮਿਲਣ ਲੱਗ ਜਾਂਦਾ, ਕਦੇ ਕਮੀਜ਼ ਦੇ ਸਾਰੇ ਬਟਨ ਖੋਲ੍ਹ ਕੋਈ ਬਾਜ਼ਾਰੀ ਜਿਹਾ ਗਾਣਾ ਗੁਣਗੁਣਾਉਣ ਲੱਗ ਜਾਂਦਾ, ਕਦੇ ਕਿਸੇ ਕੁੜੀ ਨੂੰ ਆਉਂਦੀ ਵੇਖ ਨਾਲ ਦੇ ਨੂੰ ਕੂਹਣੀ ਮਾਰ ਕੇ ਆਖਦਾ ਚੁੱਕ ਲੈ, ਅਤੇ ਕੁੜੀ ਘੂਰ ਕੇ ਝਾਕਦੀ ਤਾਂ ਆਖਦਾ ਚੁੱਕ ਲੈ ਯਾਰ ਮੇਰੀ ਪੈਨਸਲ ਗਿਰ ਪਈ। ਹੌਲੀ ਹੌਲੀ ਉਹਨੂੰ ਇਹ ਵੀ ਪਤਾ ਲੱਗ ਗਿਆ ਵੀ ਮੁੰਡੇ ਕੁੜੀਆਂ ਨੂੰ ਗੁੰਮਨਾਮ ਖੱਤ ਵੀ ਲਿਖਦੇ ਨੇ, ਬਸ ਲਿਖਾਈ ਵਿਗਾੜ ਕੇ ਲਿਖੋ ਕੀ ਪਤਾ ਲੱਗਦਾ। ਘਰਾਂ ਤੀਕ ਛੱਡਣ ਉਹ ਵੀ ਜਾਣ ਲੱਗ ਪਿਆ। ਉਹਨੇ ਦੇਖਿਆ ਗੁਸਲਖਾਨਿਆਂ ਟੱਟੀਆਂ ਵਿੱਚ ਬੜੀਆਂ ਗੰਦੀਆਂ ਗੰਦੀਆਂ ਗੱਲਾਂ ਲਿਖੀਆਂ ਪਈਆਂ, ਮੁੰਡੇ ਪ੍ਰੋਫੈਸਰਾਂ ਅਤੇ ਪ੍ਰੋਫੈਸਰਨੀਆਂ ਬਾਰੇ ਵੀ ਬੜੀਆਂ ਅਜੀਬ ਗੱਲਾਂ ਕਰਦੇ ਸੀ, ਉਹ ਸਭ ਕੁਝ ਜਾਣਦਾ ਅਤੇ ਹੱਸ ਛੱਡਦਾ। 2 ਕੁ ਮਹੀਨੇ ਉਹ ਕਾਲਜ ਦੀਆਂ ਰੌਣਕਾਂ ਮਾਣਦਾ ਰਿਹਾ, ਬੜਾ ਖੁਸ਼ ਸੀ। ਜਿਹੜੇ ਪੀਰੀਅਡ ਮਰਜ਼ੀ ਕਲਾਸ 'ਚ ਜਾਓ, ਜਿਹੜੇ ਮਰਜ਼ੀ ਨਾ ਜਾਓ, ਘਰ ਨੂੰ ਕੰਮ ਕੋਈ ਮਿਲਦਾ ਹੀ ਨਹੀਂ ਸੀ। ਇੱਕ ਦਿਨ ਉਹ ਕਾਲਜ ਤੋਂ ਆ ਰਿਹਾ ਸੀ ਤਾਂ ਆਪਣੀ ਗਲੀ 'ਚ ਉਹਨੇ ਸਮਾਨ ਦਾ ਭਰਿਆ ਟਰੱਕ ਖੜ੍ਹਾ ਦੇਖਿਆ। ਪੁੱਛਣ 'ਤੇ ਪਤਾ ਲੱਗਿਆ ਨਵੇਂ ਕਿਰਾਏਦਾਰ ਆਏ ਹੈ। 2 ਪਲ ਰੁਕ ਗਿਆ। ਇੰਨੇ ਨੂੰ ਇੱਕ ਕੁੜੀ ਕਮਰੇ 'ਚੋਂ ਬਾਹਰ ਆਈ ਅਤੇ ਟਰੱਕ ਵਾਲਿਆਂ ਨੂੰ ਆਖਣ ਲੱਗੀ, ਕੱਚ ਦੇ ਸਮਾਨ ਵਾਲੀ ਪੇਟੀ ਜ਼ਰਾ ਸੰਭਾਲ ਕੇ ਉਤਾਰਨਾ। ਪ੍ਰੀਤਮ ਉਹਦੇ ਵੱਲ ਤੱਕਦਾ ਰਿਹਾ, ਅੰਦਰ ਮੁੜ ਗਈ। ਉਹ ਘਰ ਵੱਲ ਤੁਰ ਪਿਆ। ਉਹਦਾ ਮਨ ਕੀਤਾ ਜੇ ਕਦੇ ਉਹ ਕੱਚ ਦੇ ਸਮਾਨ ਵਾਲੀ ਪੇਟੀ ਮੈਨੂੰ ਹੀ ਉਤਾਰਨ ਲਈ ਆਖ ਦਿੰਦੀ। ਅਗਲੇ ਦਿਨ ਉਹ ਕੁੜੀ ਉਹਦੀ ਜਮਾਤ ਵਿੱਚ ਹੀ ਮੂਹਰਲੇ ਡੈਸਕ 'ਤੇ ਬੈਠੀ ਸੀ। ਅੱਜ ਉਹਨੇ ਕੋਈ ਪੀਰੀਅਡ ਨਾ ਛੱਡਿਆ। ਆਪਣੇ ਘਰ ਜਾ ਰਿਹਾ ਆਖ, ਇਹਦੇ ਮਗਰ ਤਾਂ ਮੈਂ ਘਰ ਤੀਕ ਵੀ ਜਾ ਸਕਦਾ, ਸੋਚ ਉਹ ਬੜਾ ਖੁਸ਼ ਹੋਇਆ। ਕੁੜੀ ਸੁਨੱਖੀ ਸੀ, ਮੁੰਡਿਆਂ 'ਚ ਚਰਚਾ ਛਿੜੀ, ਨਾਂ ਧਰੇ ਗਏ, ਤੰਗ ਕਰਨ ਦੀਆਂ ਸਕੀਮਾਂ ਬਣਾਈਆਂ ਗਈਆਂ। ਇੱਕ ਦਿਨ ਇੱਕ ਮੁੰਡੇ ਨੇ ਉਹਦੇ ਸਾਈਕਲ 'ਚ ਟੱਕਰ ਮਾਰੀ, ਉਹ ਡਿੱਗ ਪਈ। ਨਵੀਂ ਨਵੀਂ ਆਈ ਹੋਣ ਕਰਕੇ ਲੜਕੇ ਨੂੰ ਉਹ ਪਛਾਣ ਨਾ ਸਕੀ। ਹੁਣ ਕਾਲਜ ਆਉਂਦਿਆਂ ਜਾਂਦਿਆਂ ਉਹ ਡਰਦੀ ਸੀ। ਕਦੇ ਕਦੇ ਪ੍ਰੀਤਮ ਉਹਨੂੰ ਰਸਤੇ 'ਚ ਟੱਕਰ ਪੈਂਦਾ। ਉਹ ਆਪਣੀ ਗਲੀ ਦਾ ਮੁੰਡਾ ਹੋਣ ਕਰਕੇ ਉਹਦੇ ਨੇੜੇ ਨੇੜੇ ਸਾਈਕਲ ਚਲਾਉਂਦੀ। ਸਵੇਲੇ ਇੱਧਰੋਂ ਉੱਧਰੋਂ ਹੀ ਕਿਸੇ ਤੇਜ਼ ਸਾਈਕਲ ਨੂੰ ਆਉਂਦਾ ਵੇਖ ਕੇ ਉਹ ਨਾ ਡਰਦੀ। ਪ੍ਰੀਤਮ ਕਈ ਵਾਰ ਸਾਈਕਲ ਹੌਲੀ ਕਰ, ਉਹਨੂੰ ਨਾਲ ਰਲਾ ਲੈਂਦਾ। ਕਈ ਵਾਰੀ ਤੇਜ਼ ਕਰ, ਉਹਦੇ ਨਾਲ ਆ ਰਲਦਾ। ਇੱਕ ਦਿਨ ਕਾਲਜ 'ਚ ਕਿਸੇ ਮੁੰਡੇ ਨੇ ਲਖਿੰਦਰ ਨੂੰ ਮਖੌਲ ਕੀਤਾ। ਉਹ ਬੜਾ ਹੀ ਰੋਈ। ਘਰ ਵੱਲ ਵੀ ਅੱਜ ਉਹ ਪੈਦਲ ਹੀ ਸਾਈਕਲ ਫੜੀ ਤੁਰੀ ਗਈ। ਰਸਤੇ 'ਚ ਪ੍ਰੀਤਮ ਟੱਕਰਿਆ, ਬੋਲਿਆ ਸਾਈਕਲ ਜੇ ਖਰਾਬ ਹੈ ਤਾਂ ਮੇਰਾ ਲੈ ਜਾਓ, ਮੈਂ ਠੀਕ ਕਰਵਾ ਕੇ ਇੱਥੇ ਆ ਜਾਵਾਂਗਾ, ਕੱਲ੍ਹ ਬਦਲ ਲਾਂਗੇ। ਸਾਈਕਲ ਦਾ ਠੀਕ ਹੀ ਹੈ, ਲਖਿੰਦਰ ਨੇ ਆਖਿਆ। ਤੁਸੀਂ ਅੱਜ ਰੋਏ ਹੋ, ਇੱਕਾਇੱਕ ਉਹਦੇ ਮੂੰਹ ਵੱਲ ਤੱਕ ਕੇ ਪ੍ਰੀਤਮ ਨੇ ਆਖਿਆ। ਲਖਿੰਦਰ ਨੂੰ ਫਿਰ ਰੋਣ ਆ ਗਿਆ। ਕਿਸੇ ਨੇ ਕੁਛ ਆਖਿਆ? ਮੈਨੂੰ ਦੱਸੋ, ਜੇ ਸਾਲੇ ਦੀਆਂ ਟੰਗਾਂ ਨਾ ਤੋੜਦੇ ਹਾਂ।
ਲਖਿੰਦਰ ਕੁਛ ਨਾ ਬੋਲੀ। ਪ੍ਰੀਤਮ ਸੋਚਦਾ ਰਿਹਾ, ਪੜ੍ਹ ਲਿਖ ਕੇ ਵੀ ਇਹ ਸਾਲੇ ਜਾਨਵਰ ਦੇ ਜਾਨਵਰ ਹੀ ਰਹਿ ਜਾਂਦੇ ਨੇ। ਭਲਾ ਕੀ ਮਿਲਦਾ ਕਿਸੇ ਵਿਚਾਰੀ ਕੁੜੀ ਨੂੰ ਤੰਗ ਕਰਕੇ? ਅਜਿਹੇ ਕੁੱਤਿਆਂ ਨੂੰ ਕਾਲਜ ਦਾ ਗੇਟ ਕਿਹੜਾ ਵੜਨ ਦੇਣਾ ਚਾਹੀਦਾ? ਇੱਕ ਦਿਨ ਕਿਸੇ ਨੇ ਕਾਲਜ 'ਚ ਕੰਧ ਉੱਤੇ ਲਖਿੰਦਰ ਦਾ ਨਾਂ ਲਿਖ ਕੇ ਅੱਗੇ ਲਿਖ ਦਿੱਤਾ, ਲੱਛੋ ਬਾਂਦਰੀ। ਪ੍ਰੀਤਮ ਨੇ ਦੇਖਿਆ ਤਾਂ ਹੋਰਾਂ ਨੂੰ ਸੱਦ ਸੱਦ ਕੇ ਦਿਖਾਉਣ ਦੀ ਥਾਂ ਉਹਨੇ ਆਪਣਾ ਰੁਮਾਨ ਆਪਣੇ ਰੁਮਾਲ ਨਾਲ ਰਗੜ ਕੇ ਮਿਟਾ ਦਿੱਤਾ। ਫਿਰ ਇੱਕ ਦਿਨ ਪ੍ਰੀਤਮ ਦੇ ਦੋ ਤਿੰਨ ਮੁੰਡੇ ਖੜ੍ਹੇ ਸੀ ਲਖਿੰਦਰ ਕੋਲੋਂ ਦੀ ਲੰਘੀ। ਇੱਕ ਨੇ ਹੌਲੀ ਦੇ ਕੇ ਆਖਿਆ, ਹਾਏ ਮੇਰੀ ਜਾਨ ਮਰ ਗਏ। ਪ੍ਰੀਤਮ ਨੇ ਤਿਉੜੀਆਂ ਪੈ ਗਈਆਂ, ਕਿਉਂ ਸਾਲਿਆ ਤੇਰੀ ਭੈਣ ਥੋੜ੍ਹਾ ਲੱਗਦੀ ਹੈ? ਇੱਕ ਉਹਦੀਆਂ ਸ਼ਿਕਾਇਤੀ ਅੱਖਾਂ ਵੱਲ ਤੱਕ ਕੇ ਬੋਲਿਆ, ਮੇਰੀ ਨਾ ਸਹੀ ਕਿਸੇ ਦੀ ਤਾਂ ਭੈਣ ਹੋਊਗੀ, ਉਹਨੇ ਦਲੀਲ ਦਿੱਤੀ। ਕਿਸੇ ਦੀ ਤਾਂ ਘਰ ਵਾਲੀ ਵੀ ਹੋਊਗੀ, ਉਹ ਬੋਲਿਆ। ਪ੍ਰੀਤਮ ਚੁੱਪ ਕਰ ਗਿਆ। ਹੁਣ ਕਈ ਵਾਰੀ ਉਹਦਾ ਦਿਲ ਕਰਦਾ ਕਿ ਉਹਦੇ ਵੀ ਕੋਈ ਭੈਣ ਹੁੰਦੀ, ਨਾਜ਼ੁਕ ਜਿਹੀ, ਨਖਰੋ ਜਿਹੀ, ਲੜਾਕੀ ਜਿਹੀ, ਉਹਨੂੰ ਕਾਲਜ ਛੱਡਣ ਜਾਇਆ ਕਰਦਾ, ਉਹਦੇ ਨਾਲ ਲਖਿੰਦਰ ਵੀ ਕਦੇ ਸਾਡੇ ਘਰ ਆਉਂਦੀ, ਕਦੇ ਕੋਈ ਕੰਮ ਆਖਦੀ। ਹੁਣ ਉਹਨੂੰ ਕਈ ਵਾਰੀ ਆਪਣੇ ਆਪ 'ਤੇ ਗੁੱਸਾ ਵੀ ਆ ਜਾਂਦਾ ਕਿ ਅੱਜ ਉਹਨੇ ਪ੍ਰੋਫੈਸਰ ਦੀ ਅੱਖ ਬਚਾ ਕੇ ਕੁੜੀਆਂ ਦੇ ਡੈਸਕ 'ਤੇ ਚਿੱਟ ਕਿਉਂ ਸੁੱਟੀ ਸੀ, ਜਾਂ ਕਿਸੇ ਨੂੰ ਲੰਘਦੀ ਤੱਕ ਖੰਘੂਰਾ ਕਿਉਂ ਮਾਰਿਆ ਸੀ। ਫਿਰ ਉਹਨੂੰ ਖਿਆਲ ਆਉਂਦਾ ਕੁੜੀਆਂ ਲਖਿੰਦਰ ਨੂੰ ਕਹਿੰਦੀਆਂ ਹੋਣਗੀਆਂ, ਤੁਹਾਡੀ ਗਲੀ ਦਾ ਮੁੰਡਾ ਕਿੱਡਾ ਭੈੜਾ ਹੈ। ਕਦੇ ਕਦੇ ਉਹ ਸੋਚਦਾ, ਮੈਂ ਪੜ੍ਹ ਲਿਖ ਕੇ ਚੰਗੀ ਨੌਕਰੀ 'ਤੇ ਲੱਗ ਜਾਵਾਂਗਾ, ਫਿਰ ਬਾਪ ਨੂੰ ਵੀ ਇਸ ਕੰਮ ਤੋਂ ਹਟਾ ਲਵਾਂਗਾ। ਪਰ ਜਦੋਂ ਵੀ ਉਹ ਸੜਕ 'ਤੇ ਕਿਸੇ ਗਾਂ, ਮੱਝ, ਭੇਡ, ਬੱਕਰੀ ਜਾਂ ਕੁੱਤੇ ਨੂੰ ਦੇਖਦਾ, ਉਹਨੂੰ ਖਿਆਲ ਆਉਂਦਾ ਇਹਦੇ 'ਚੋਂ ਇੰਨਾ ਮਾਸ ਨਿਕਲ ਸਕਦਾ ਹੈ। ਜਦੋਂ ਕਦੇ ਆਪਣੇ ਪਿਓ ਨੂੰ ਭੇਡਾਂ ਬੱਕਰੀਆਂ ਵਾਲਿਆਂ ਨਾਲ ਪੈਸੇ ਉਧਾਰ ਕਰਦਾ ਦੇਖਦਾ ਤਾਂ ਉਹਦਾ ਦਿਲ ਕਰਦਾ ਕਿਸੇ ਆਜੜੀ ਨੂੰ ਮਾਰ ਕੇ ਇੱਜੜ ਦਾ ਇੱਜੜ ਹੀ ਕਿਉਂ ਨਾ ਹੱਕ ਲਿਆਂਦਾ ਜਾਵੇ। ਜਾਨਵਰ ਕੀ ਬੋਲਦੇ ਆ ਵੀ ਅਸੀਂ ਕਿਹਦੇ ਹਾਂ? ਕਦੇ ਉਹ ਸੋਚਦਾ ਜੇ ਕੋਲ ਦੀਆਂ ਦੁਕਾਨਾਂ ਵਾਲੇ ਸਾਰੇ ਝਟਕਈ ਮਰ ਜਾਣ, ਸਾਨੂੰ ਬੜੀ ਖੱਟੀ ਹੋਇਆ ਕਰੇ। ਫਿਰ ਆਪਣੇ ਆਪ ਨੂੰ ਹੀ ਉਹ ਕਹਿੰਦਾ, ਇਹ ਕੀ ਬਕਵਾਸ ਸੋਚ ਰਿਹਾ ਹਾਂ, ਜੇ ਭਲਾ ਕਦੇ ਲਖਿੰਦਰ ਨੂੰ ਪਤਾ ਲੱਗ ਜਾਏ। ਪਹਿਲੇ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਵਧੀਆ ਕੁੜੀਆਂ ਕਿਹੋ ਜਿਹੀਆਂ ਹੁੰਦੀਆਂ ਨੇ, ਅਤੇ ਬਸ ਕੁੜੀ ਹੋਣਾ ਹੀ ਉਹਦਾ ਧਿਆਨ ਖਿੱਚਣ ਲਈ ਕਾਫੀ ਸੀ। ਲਖਿੰਦਰ ਨੂੰ ਰੋਜ਼ ਰੋਜ਼ ਧਿਆਨ ਨਾਲ ਦੇਖਣ ਤੋਂ ਉਹਨੂੰ ਲੱਗਿਆ, ਇਹ ਕੁੜੀ ਇੰਨੀ ਹੌਲੀ ਹੌਲੀ ਬੋਲਦੀ ਹੈ, ਇਹਦੀਆਂ ਅੱਖਾਂ ਕਿੱਡੀਆਂ ਸੋਹਣੀਆਂ ਨੇ, ਇਹਦੇ ਬੁੱਲ ਵੀ, ਇਹਦੇ ਬੋਲ ਵੀ, ਇਹਦੀ ਤੋਰ ਵੀ। ਨਾ ਉਹ ਆਮ ਕੁੜੀਆਂ ਵਾਂਗ ਬਹੁਤਾ ਬੋਲਦੀ ਸੀ, ਨਾ ਮੁੜ ਮੁੜ ਆਪਣੇ ਵੱਲ ਤੱਕਦੀ ਸੀ, ਨਾ ਮੁੰਡਿਆਂ ਵੱਲ ਹੋਰ ਹੋਰ ਤਰ੍ਹਾਂ ਝਾਕਦੀ ਸੀ। ਹੁਣ ਉਹਨੂੰ ਬਾਕੀ ਸਾਰੀਆਂ ਨਾਲੋਂ ਚੰਗੀ ਲੱਗਦੀ ਸੀ। ਉਹਦਾ ਦਿਲ ਕਰਦਾ ਰਹਿੰਦਾ ਕਿ ਕਦੇ ਮੈਨੂੰ ਕੋਈ ਕੰਮ ਆਖੇ, ਕਦੇ ਇਹਦੇ ਲਈ ਮੈਂ ਕੁਝ ਕਰ ਸਕਾਂ। ਕਾਲਜ ਵਿੱਚ ਸਾਰਾ ਦਿਨ ਉਹਦੀਆਂ ਨਜ਼ਰਾਂ ਲਖਿੰਦਰ ਨੂੰ ਹੀ ਲੱਗਦੀਆਂ ਰਹਿੰਦੀਆਂ। ਹੁਣ ਉਹ ਸਬਕ ਵੀ ਯਾਦ ਕਰਕੇ ਜਾਂਦਾ ਤਾਂ ਜੋ ਲਖਿੰਦਰ ਦੇ ਸਾਹਮਣੇ ਕਦੇ ਪ੍ਰੋਫੈਸਰ ਉਹਨੂੰ ਸ਼ਰਮਿੰਦਾ ਨਾ ਕਰ ਦੇ। ਜਦੋਂ ਉਹਨਾਂ ਦੇ ਘਰ ਅੱਗੋਂ ਲੰਘਦੀ, ਪ੍ਰੀਤਮ ਦਾ ਦਿਲ ਕਰਦਾ ਜਾਣੀ ਆਖ ਦੇਵੇ, ਦੋ ਪਲ ਰੁਕ ਜਾ, ਮੈਂ ਤੈਨੂੰ ਰੱਜ ਕੇ ਤੱਕ ਲਵਾਂ। ਕਦੇ ਉਹਦੇ ਪਿੱਛੇ ਪਿੱਛੇ ਕਾਲਜ ਨੂੰ ਚੱਲ ਪੈਂਦਾ, ਪਰ ਕਦੇ ਕਦੇ ਇਸ ਚਾਹ ਨੂੰ ਦਬਾਉਣ ਲਈ ਉਹ ਆਪਣੇ ਆਪ ਨੂੰ ਆਖਦਾ, ਬੇਸ਼ਰਮਾ ਉਹ ਕੀ ਆਖੇਗੀ। ਹੁਣ ਉਹ ਕਾਲਜ ਬੜੀ ਛੇਤੀ ਆ ਜਾਂਦਾ ਸੀ ਕਿਉਂਕਿ ਸਵੇਰੇ ਉਹ ਗੋਲਾ ਸੁੱਟਣ ਅਤੇ ਦੌੜਨ ਦੀ ਪ੍ਰੈਕਟਿਸ ਕਰਦਾ ਸੀ। ਉਹ ਚਾਹੁੰਦਾ ਸੀ ਇਸ ਵਾਰੀ ਜਦੋਂ ਖੇਡਾਂ ਹੋਣ, ਲਖਿੰਦਰ ਦੇਖੇ ਕਿ ਮੈਂ ਸਭ ਤੋਂ ਦੂਰ ਗੋਲਾ ਸੁੱਟ ਸਕਦਾ ਅਤੇ ਸਭ ਤੋਂ ਤੇਜ਼ ਦੌੜ ਸਕਦਾ। ਅੱਜ ਉਹ ਦੇਖਦਾ ਰਿਹਾ ਲਖਿੰਦਰ ਕਾਲਜ ਨਾ ਆਈ, ਅਗਲੇ ਦਿਨ ਵੀ ਉਹ ਕਿਧਰੇ ਨਾ ਦਿਸੀ, ਉਹ ਤੋਂ ਅਗਲੇ ਦਿਨ ਵੀ। ਉਹਨੂੰ ਖਿਆਲ ਆਇਆ ਜੇ ਭਲਾ ਕਿਸੇ ਨੇ ਉਹਦੇ ਸਾਈਕਲ 'ਚ ਟੱਕਰ ਮਾਰੀ ਹੋਵੇ, ਉਹਦੇ ਸੱਟਾਂ ਵੱਜੀਆਂ ਹੋਣ, ਸਾਲੇ ਦਾ ਗਲ ਨਾ ਵੱਢਦੇ ਆ, ਇਹ ਲੋਕ ਵੀ ਕਿੱਡੇ ਬਦਤਮੀਜ਼ ਹੁੰਦੇ ਨੇ, ਵੀ ਕੁੜੀਆਂ ਵਿਚਾਰੀਆਂ ਤੁਹਾਡਾ ਕੀ ਵਿਗਾੜਦੀਆਂ ਨੇ। ਉਹਨੇ ਸੋਚਿਆ ਜੇ ਭਲਾ ਕੋਈ ਮੋਟਰ ਵਾਲਾ ਉਹਨੂੰ ਧੋਖੇ ਨਾਲ ਮੋਟਰ 'ਚ ਬਿਠਾ ਕੇ ਦੌੜ ਗਿਆ ਹੋਵੇ। ਇਹਨਾਂ ਪੈਸੇ ਵਾਲਿਆਂ ਨੂੰ ਪੁਲਿਸ ਦਾ ਵੀ ਡਰ ਤਾਂ ਨਹੀਂ ਹੁੰਦਾ, ਇਹ ਸਾਲੇ ਬੰਦੇ ਨਹੀਂ ਹੁੰਦੇ, ਗਧੇ ਹੁੰਦੇ ਨੇ ਗਧੇ। ਇਹਨਾਂ ਨੂੰ ਤੋਪ ਅੱਗੇ ਖੜ੍ਹਾ ਕਰਕੇ ਉਡਾ ਦੇਣਾ ਚਾਹੀਦਾ, ਦੂਜਿਆਂ ਦੀਆਂ ਭੈਣਾਂ ਨੂੰ ਤਾਂ ਮਿੱਟੀ ਦੀਆਂ ਸਮਝਦੇ ਨੇ, ਇਹੋ ਜਿਹਿਆਂ ਨੂੰ ਤਾਂ ਟੋਕੇ ਨਾਲ ਵੱਢ ਕੇ ਕੁੱਤਿਆਂ ਨੂੰ ਪਾ ਦਿਓ। ਉਹਨੇ ਦੰਦ ਕਰੀਚ ਕੇ ਸੋਚਿਆ। ਕੱਲ੍ਹ ਗੁਰਦੁਆਰੇ ਭੀੜ 'ਚ ਕੋਈ ਇੱਕ ਕੁੜੀ ਦੀ ਚੁੰਨੀ ਘੜੀਸ ਕੇ ਲੈ ਗਿਆ, ਉਹਦੇ ਇੱਕ ਸਾਥੀ ਨੇ ਮੁਸਕਰਾਉਂਦਿਆਂ ਦੱਸਿਆ। ਸੋਰਮੀਆਂ ਦੇ ਪੁੱਤਰ ਉੱਥੇ ਵੀ ਨਹੀਂ ਟਲਦੇ, ਅਜਿਹਿਆਂ ਦੀਆਂ ਤਾਂ ਅੱਖਾਂ ਕੱਢ ਦੇਣੀਆਂ ਚਾਹੀਦੀਆਂ। ਅੱਜ ਉਹ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ। ਸ਼ਾਇਦ ਲਖਿੰਦਰ ਬਿਮਾਰ ਹੋਵੇ ਤਾਂ ਫਿਰ ਡਾਕਟਰ ਨੂੰ, ਪਰ ਇਹ ਡਾਕਟਰ ਵੀ ਨਿਰੇ ਕਸਾਈ ਹੁੰਦੇ ਨੇ, ਅਗਲੇ ਦਾ ਬੰਦਾ ਭਾਵੇਂ ਸਾਹਾਂ 'ਤੇ ਪਿਆ ਹੋਵੇ ਆਪਣੀ ਫੀਸ ਜੇਬ 'ਚ ਪਾਉਣ ਦੀ ਕਰਦੇ ਨੇ। ਹੋਰ ਦੇਖੋ, ਹਸਪਤਾਲ ਚੰਗੀ ਤਰ੍ਹਾਂ ਵੇਖਦੇ ਹੀ ਨਹੀਂ, ਵੀ ਆਪੇ ਫਿਰ ਘਰ ਦਿਖਾਉਣ ਆਉਣਗੇ, ਨਾਲੇ ਫੀਸ ਦੇਣਗੇ, ਭਲਾ ਇਹ ਵੀ ਕੋਈ ਇਨਸਾਨੀਅਤ ਹੈ? ਸੋਚੀ ਜਾ ਰਿਹਾ ਸੀ। ਸ਼ਾਇਦ ਉਹਨਾਂ ਦੇ ਮਹਿਮਾਨ ਆ ਗਏ ਹੁਣ, ਘਰ ਕੰਮ ਹੋਵੇ, ਇਹ ਮਹਿਮਾਨ ਵੀ ਜ਼ਹਿਮਤ ਹੁੰਦੇ ਨੇ, ਅਗਲਾ ਖਬਰ ਨਹੀਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਆਪਣਾ ਕਿਵੇਂ ਡੰਗ ਟਪਾਉਂਦਾ ਹੈ। ਸਾਡੇ ਲੋਕਾਂ ਨੂੰ ਅਕਲ ਪਤਾ ਨਹੀਂ ਕਦੋਂ ਆਊਗੀ। ਸ਼ਾਇਦ ਲਖਿੰਦਰ ਨੇ ਪ੍ਰੋਫੈਸਰ ਦਾ ਕੰਮ ਨਾ ਕੀਤਾ ਹੋਵੇ ਅਤੇ ਡਰਦੀ ਘਰ ਰਹਿ ਗਈ ਹੋਵੇ। ਹਾਂ ਬਈ, ਕੰਮ ਅਗਲਾ ਕਰੇ ਵੀ ਕਿਵੇਂ,
ਜਿਹਨੂੰ ਹੋਰ ਕਿਧਰੇ ਚੰਗੀ ਨੌਕਰੀ ਨਾ ਮਿਲੀ ਉਹ ਪ੍ਰੋਫੈਸਰ ਆ ਬਣਿਆ। ਪੜ੍ਹਾਓ ਕੀ ਉਸ ਵਾ, ਫਿਰ ਬਹੁਤਾ ਉਹਨਾਂ ਦਾ ਟਿਊਸ਼ਨਾਂ ਪੜ੍ਹਾਉਣ, ਗਾਈਡਾਂ ਲਿਖਣ, ਪਰਚੇ ਦੇਖਣ ਜਾਂ ਇੱਕ ਦੂਜੇ ਦੀ ਨਿੰਦਾ ਚੁਗਲੀ ਵੱਲ ਰਹਿੰਦਾ। 100 'ਚੋਂ ਇੱਕ ਹੁੰਦਾ ਜੋ ਸੱਚੀ ਮੁੱਚੀ ਦਾ ਪ੍ਰੋਫੈਸਰ ਹੋਵੇ, ਨਹੀਂ ਤਾਂ ਸਾਲੇ ਦੁੰਬੇ ਇਕੱਠੇ ਹੋਏ ਹੁੰਦੇ ਨੇ। ਉਹ ਕਿੰਨਾ ਕੁਝ ਸੋਚ ਗਿਆ। ਸਾਰਾ ਦਿਨ ਉਹ ਉਖੜਿਆ ਫਿਰਦਾ ਰਿਹਾ, ਉਹਦੇ ਪੈਰਾਂ ਹੇਠ ਜਿਵੇਂ ਕਿਸੇ ਨੇ ਅੱਗ ਧਰ ਦਿੱਤੀ ਹੋਵੇ। ਕਿਧਰੇ ਉਹਨੂੰ ਚੈਨ ਨਾ ਆਉਂਦਾ। ਅੱਜ ਉਹਨੂੰ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਆਈ ਜਾ ਰਿਹਾ ਸੀ। ਦੁਪਹਿਰ ਨੂੰ ਰੋਟੀ ਖਾਣ ਵੀ ਉਹ ਘਰ ਨਾ ਗਿਆ। ਅੱਜ ਉਹਦਾ ਕਿਧਰੇ ਵੀ ਮਨ ਨਹੀਂ ਸੀ ਲੱਗ ਰਿਹਾ। ਦਿਨ ਮਸਾਂ ਲੰਘਿਆ। ਕੀ ਗੱਲ ਹੈ ਕਾਕਾ, ਬੜਾ ਘਾਬਰਿਆ ਫਿਰਦਾ, ਉਹਦੇ ਬਾਪ ਨੇ ਪੁੱਛਿਆ। ਕੁਛ ਨਹੀਂ ਬਾਪੂ ਜੀ, ਤੁਸੀਂ ਆਰਾਮ ਨਾਲ ਜਾਨਵਰ ਝਟਕਦੇ ਰਿਹਾ ਕਰੋ। ਮੁੰਡੇ ਦੇ ਬੋਲਾਂ 'ਚ ਤਨਸ ਸੀ। ਪੁੱਤਰਾ, ਤੂੰ ਕਿਧਰੇ ਕਿੱਤੇ 'ਤੇ ਲੱਗ ਜਾਏਗਾ ਤਾਂ ਮੈਂ ਕੀ ਲੈਣਾ ਅਜਿਹੇ ਕੁੱਤੇ ਕੰਮ ਤੋਂ। ਰਾਤ ਹੋ ਗਈ। ਪ੍ਰੀਤਮ ਦਾ ਜਿਵੇਂ ਸਾਹ ਘੁੱਟ ਰਿਹਾ ਹੋਵੇ। ਉਹ ਬਿਨਾਂ ਹੀ ਕੰਮ ਤੋਂ ਕਈ ਵਾਰੀ ਕੋਠੇ ਚੜਿਆ ਉਤਰਿਆ, ਪਾਣੀ ਪੀ ਕੇ ਉਹਦਾ ਦਿਲ ਕੀਤਾ, ਗਲਾਸ ਪਟਕਾ ਕੇ ਮਾਰੇ। ਉਹ ਕਈ ਵਾਰੀ ਲਖਿੰਦਰ ਦੇ ਘਰ ਤੀਕ ਵੀ ਘੁੰਮ ਆਇਆ, ਪਰ ਉਹਨਾਂ ਦੇ ਘਰ ਦਾ ਕੋਈ ਆਉਂਦਾ ਜਾਂਦਾ ਨਾ ਟੱਕਰਿਆ, ਜਿੱਥੋਂ ਕਿਸੇ ਤਰ੍ਹਾਂ ਉਹ ਲਖਿੰਦਰ ਦਾ ਹਾਲ ਪੁੱਛ ਲੈਂਦਾ। ਰਾਤ ਚੌਖੀ ਬੀਤ ਗਈ, ਗਲੀ ਸੁੰਨੀ ਹੋ ਗਈ, ਪਰ ਉਹ ਅਜੇ ਵੀ ਗੇੜੇ ਕੱਢ ਰਿਹਾ ਸੀ। ਇੱਕਾਇੱਕ ਗਲੀ ਦੇ ਪਾਰਲੇ ਸਿਰੇ 'ਤੇ ਹਨੇਰੇ 'ਚ ਉਹਨੇ ਕਿਸੇ ਦੀ ਚੀਕ ਸੁਣੀ। ਉਹ ਦੌੜ ਕੇ ਗਿਆ। 3 ਆਦਮੀ ਇੱਕ ਔਰਤ ਨੂੰ ਘੜੀਸੀ ਜਾ ਰਹੇ ਸੀ। ਖੜੋ ਜੀ, ਸਾਲਿਓ ਕੌਣ, ਪ੍ਰੀਤਮ ਗਰਜਿਆ। ਇੱਕ ਨੇ ਡਾਂਗ ਪ੍ਰੀਤਮ ਦੇ ਮੋਹਰਾਂ 'ਚ ਮਾਰੀ। 2 ਕੁ ਪਲ ਤਾਂ ਉਹ ਬੌਂਦਲ ਗਿਆ, ਫਿਰ ਅਜਿਹਾ ਟੁੱਟ ਕੇ ਇੱਕ 'ਤੇ ਪਿਆ, ਉਹਨੂੰ ਹੱਥਾਂ ਪੈਰਾਂ ਦੀ ਪੈ ਗਈ। ਇੱਕ ਤੋਂ ਕਿਰਪਾਨ ਖੋਹ ਕੇ ਸਣੇ ਮੁੱਠੇ ਮਾਰਨ ਲੱਗ ਪਿਆ। 3 ਆਦਮੀ ਪ੍ਰੀਤਮ ਨਾਲ ਉਲਝ ਗਏ ਅਤੇ ਜਨਾਨੀ ਛੁੱਟ ਕੇ ਹਨੇਰੇ 'ਚ ਪਤਾ ਨਹੀਂ ਕਿੱਧਰ ਨੂੰ ਨੱਠ ਗਈ। ਹੱਥੋਂ ਪਾਈ 'ਚ ਰੌਲਾ ਪੈ ਗਿਆ, ਲੋਕ ਜਾਗ ਗਏ। ਉਹ 3 ਤਾਂ ਨੱਠ ਗਏ ਪਰ ਪ੍ਰੀਤਮ ਦੇ ਕਾਫ਼ੀ ਸੱਟਾਂ ਲੱਗੀਆਂ, ਪਰ ਸੱਟਾਂ ਬਾਰੇ ਗੌਲਣ ਦੀ ਅੱਜ ਜਿਵੇਂ ਉਹਨੂੰ ਵਿਹਲ ਨਹੀਂ ਸੀ। ਉਹ ਫਿਰ ਲਖਿੰਦਰ ਬਾਰੇ ਸੋਚਣ ਲੱਗਿਆ। ਲਖਿੰਦਰ, ਮੈਂ ਤਾਂ ਤੈਨੂੰ ਦੇਖਣ ਨੂੰ ਵੀ ਤਰਸ ਗਿਆ। ਤੂੰ ਇੱਕ ਵਾਰੀ, ਬਸ ਇੱਕ ਵਾਰੀ ਜ਼ਰਾ ਬਾਹਰ ਆ ਜਾ, ਪਰ ਦੇਖ ਕੇ ਕਿਹੜਾ ਰੱਜ ਆਉਂਦਾ ਹੈ। ਤੈਨੂੰ ਤਾਂ ਜਾਣੀ ਸਾਰੀ ਦੀ ਸਾਰੀ ਨੂੰ ਪੀ ਜਾਵਾਂ। ਲਖਿੰਦਰ ਉਹ ਛੱਟ ਪਟਾਉਂਦਾ ਰਿਹਾ। ਹਨੇਰੇ 'ਚੋਂ ਲਖਿੰਦਰ ਦੇ ਘਰ ਅੱਗੇ ਖੜੋ ਗਿਆ। ਸੁੰਨਸਾਨ ਹੋਣ ਕਰਕੇ ਉੱਪਰਲੇ ਕਮਰੇ 'ਚੋਂ ਲਖਿੰਦਰ ਦੀ ਹਾਏ ਹਾਏ ਦੀ ਆਵਾਜ਼ ਉਹਨੂੰ ਸਾਫ਼ ਸੁਣਾਈ ਦੇ ਰਹੀ ਸੀ। ਉਹਦਾ ਦਿਲ ਤੇਜ਼ ਤੇਜ਼ ਧੜਕਣ ਲੱਗਿਆ। ਇੱਧਰ ਉੱਧਰ ਦੇਖ ਕੇ ਉਹ ਨਲਕੇ ਦੀ ਨਾਲ ਫੜ ਕੇ ਉੱਪਰ ਚੜ੍ਹ ਗਿਆ। ਉਹਦੇ ਮੱਥੇ 'ਤੇ ਤਰੇਲੀ ਆ ਗਈ। ਕਮਰੇ 'ਚ ਲਖਿੰਦਰ ਇਕੱਲੀ ਸੀ। ਬਹੁਤੀ ਗਰਮੀ ਹੋਣ ਕਰਕੇ ਮਾਂ ਉਹਦੀ ਨੇ ਮੰਜਾ ਬਾਹਰ ਕੱਢ ਲਿਆ ਹੋਇਆ ਸੀ। ਮਲਕ ਮਲਕ ਲਖਿੰਦਰ ਦੇ ਕੋਲ ਚਲਾ ਗਿਆ। ਲਖਿੰਦਰ, ਉਹਨੇ ਡਡਿਆ ਕੇ ਆਖਿਆ। ਲਖਿੰਦਰ ਪਹਿਲਾਂ ਤਾਂ ਡਰ ਗਈ, ਫਿਰ ਪਛਾਣ ਕੇ ਜ਼ਰਾ ਤਲਕ ਹੋ ਕੇ ਬੋਲੀ, ਆਪ ਇਸ ਵੇਲੇ ਕੀ ਹਾਲ ਹੈ ਲਖਿੰਦਰ? ਉਹ ਬੜਾ ਘਬਰਾਇਆ ਸੀ। ਇੱਕਾਇੱਕ ਉਹਨੇ ਕੋਲ ਲੱਗੀ ਲਾਈਟ ਦਾ ਬਟਨ ਦਬਾ ਦਿੱਤਾ। ਹਨੇਰੇ 'ਚ ਲਖਿੰਦਰ ਦੇ ਪੈਰਾਂ ਨੂੰ ਝੱਲਿਆ ਵਾਂਗ ਆਪਣੇ ਬੁੱਲਾਂ ਅੱਖਾਂ ਮੱਥੇ ਨਾਲ ਘੁੱਟ ਘੁੱਟ ਪਿਆਰ ਦੇਣ ਲੱਗਿਆ। ਲਖਿੰਦਰ ਨੇ ਘਬਰਾ ਕੇ ਪੈਰ ਖਿੱਚ ਲਏ। ਉਹ ਗਾਂਹ ਵਧਿਆ। ਲਖਿੰਦਰ ਡਰ ਗਈ, ਬੇਸ਼ਰਮ ਕਮੀਨੇ, ਝਟਕਾਈ ਦਾ ਮੁੰਡਾ ਹੀ ਰਿਹਾ ਨਾ, ਸ਼ਕਲ ਤਾਂ ਦੇਖ ਆਪਣੀ। ਲਖਿੰਦਰ ਨੇ ਉਹਦੇ ਹੱਥ ਪਰਾਂ ਛੰਡ ਕੇ ਦਬਵੀਂ ਪਰ ਕਾਟਵੀਂ ਆਵਾਜ਼ 'ਚ ਆਖਿਆ, ਲਖਿੰਦਰ। ਪ੍ਰੀਤਮ ਦੀ ਆਵਾਜ਼ 'ਚ ਬੇਬਸੀ ਸੀ। ਦਫਾ ਹੋ ਜਾਏ ਤੂੰ ਕੁੱਤਿਆ, ਨਹੀਂ ਤਾਂ ਜੁੱਤੀਆਂ ਖਾ ਕੇ ਜਾਏਗਾ। ਲਖਿੰਦਰ ਨੇ ਦੰਦ ਕਰੀਚ ਕੇ ਆਖਿਆ ਅਤੇ ਆਪ ਬਿਸਤਰੇ ਦੇ ਪਰਲੇ ਪਾਸੇ ਸਿਰੇ ਜਾ ਲੱਗੇ। ਲਖਿੰਦਰ, ਪ੍ਰੀਤਮ ਲਪਕਿਆ, ਡੁੱਬ ਮਰ ਇੱਦੋਂ ਤਾਂ ਬੇਹਿਆ। ਲਖਿੰਦਰ ਨੇ ਦੂਰ ਹੋ ਕੇ ਬੈਠਦਿਆਂ ਆਖਿਆ। ਪ੍ਰੀਤਮ ਉੱਥੋਂ ਆ ਗਿਆ ਪਰ ਲਖਿੰਦਰ ਦੇ ਲਫ਼ਜ਼ ਬਾਰ ਬਾਰ ਉਹਦੇ ਮਨ ਨਾਲ ਟਕਰਾਏ। ਕੁੱਤੇ ਕਮੀਨੇ, ਝਟਕਾਈ ਦਾ ਮੁੰਡਾ ਹੀ ਰਿਹਾ ਨਾ, ਇਹ ਆਖਦਾ ਲਖਿੰਦਰ ਦਾ ਨਫ਼ਰਤ ਲਿਪਿਆ ਮੂੰਹ ਉਹਨੂੰ ਬਾਰ ਬਾਰ ਯਾਦ ਆਇਆ। ਸਾਹ ਸਾਹ ਹੋਇਆ ਘਰ ਪਹੁੰਚਿਆ। ਉਹਦੇ ਪੈਰ ਲੜਖੜਾ ਰਹੇ ਸਨ, ਉਹਨੂੰ ਤਰੇਲੀਆਂ ਆ ਰਹੀਆਂ ਸਨ। ਉਹ ਘਰ ਪਹੁੰਚ ਗਿਆ, ਦਹਿਲੀਜ਼ ਨਾਲ ਉਹਦਾ ਪੈਰ ਅੜਕ ਗਿਆ, ਡਿੱਗਦਾ ਡਿੱਗਦਾ ਮਸਾਂ ਬਚਿਆ। ਕਮਰੇ 'ਚ ਜਾ ਕੇ ਸ਼ੀਸ਼ੇ 'ਚ ਉਹਨੇ ਆਪਣਾ ਮੂੰਹ ਦੇਖਿਆ। ਕੁੱਤੇ ਕਮੀਨੇ, ਬੇਹਿਆ, ਡੁੱਬ ਮਾਰ ਇੱਦੂ ਤਾਂ, ਉਹਨੂੰ ਸ਼ੀਸ਼ੇ ਵਿਚਲਾ ਆਪਣਾ ਮੂੰਹ ਕਹਿੰਦਾ ਜਾਪਿਆ। ਮੱਥੇ 'ਤੇ ਖੂਨ ਸਿਮਿਆ ਹੋਇਆ ਸੀ। ਉਸ ਜਨਾਨੀ ਨੂੰ ਛੁਡਾਉਂਦਿਆਂ ਉਹਦੇ ਚੌਖੀਆਂ ਸੱਟਾਂ ਲੱਗੀਆਂ ਸੀ। ਹੁਣ ਉਹ ਸਾਰੀਆਂ ਸੱਟਾਂਤਾਂ ਦੀ ਪੀੜ ਕਰਨ ਲੱਗੀਆਂ। ਦੂਜੇ ਕਮਰੇ 'ਚ ਉਹਦੇ ਪਿਤਾ ਦੇ ਘੁਰਾੜੇ ਸੁਣਾਈ ਦੇ ਰਹੇ ਸੀ। ਉੱਥੇ ਚਲਾ ਗਿਆ, ਝਟਕਾਈ ਸੁੱਤਾ ਪਿਆ ਉਹਨੇ ਮਨ 'ਚ ਆਖਿਆ ਅਤੇ ਉਹਦੇ ਸਿਰਹਾਣਿਓਂ ਬਾਕੀ ਦੀ ਅੱਧੀ ਸ਼ਰਾਬ ਦੀ ਬੋਤਲ ਚੁੱਕ ਕੇ ਇੱਕੋ ਸਾਹ ਪੀ ਗਿਆ। ਇੰਨੇ ਨੂੰ ਬਾਹਰ ਬੱਕਰਾ ਮਿਆਂਕਿਆ, ਜਿਹੜਾ ਸਵੇਰੇ ਉਹਦੇ ਪਿਤਾ ਨੇ ਵੱਢਣਾ ਸੀ। ਕੁੱਤਾ ਕਮੀਨਾ ਝਟਕਾਈ ਦਾ ਮੁੰਡਾ ਉਹ ਬੁੜਬੁੜਾਇਆ, ਉਹਦਾ ਸਿਰ ਚਕਰਾਉਣ ਲੱਗਿਆ। ਫਿਰ ਪਤਾ ਨਹੀਂ ਉਹਨੇ ਕੀ ਸੋਚ ਕੇ ਆਪਣੇ ਪਿਤਾ ਵਾਲਾ ਚੁਰਾ ਚੁੱਕਿਆ। 2 ਬੱਕਰੇ ਬੜੀ ਬੇਕਿਰਕੀ ਨਾਲ ਵੱਢ ਸੁੱਟੇ। ਖੜਕਾ ਸੁਣ ਪਿਤਾ ਉਹਦਾ ਬਾਹਰ ਆਇਆ। ਕਾਕਾ ਕੀ ਕਰਦਾ? ਤੁਹਾਡਾ ਕੰਮ, ਹੋਰ ਝਟਕਾਈ ਦੇ ਮੁੰਡੇ ਨੇ ਕੀ ਕਰਨਾ?
ਕੱਲ੍ਹ ਤੋਂ ਮੈਂ ਕਾਲਜ ਨਹੀਂ ਜਾਇਆ ਕਰਨਾ, ਇਹੀ ਕੰਮ ਕਰਾਂਗਾ। ਜਾ ਪਾਗਲਾ, ਤੂੰ ਪੜ੍ਹ ਲਿਖ ਕੇ ਅਫਸਰ ਬਣੀ, ਆਪ ਉਹ ਪਾਣੀ ਪੀ ਕੇ ਅੰਦਰ ਜਾ ਸੁੱਤਾ। ਪ੍ਰੀਤਮ ਨੇ ਮਰਿਆਂ ਬੱਕਰਿਆਂ ਵੱਲ ਤੱਕਿਆ, ਫਿਰ ਉਹਨੂੰ ਲਖਿੰਦਰ ਯਾਦ ਆਈ, ਉਹਨੂੰ ਰੋਣਾ ਆ ਗਿਆ। ਫਿਰ ਉਹਨੂੰ ਆਪਣੀ ਮਾਂ ਦਾ ਖਿਆਲ ਆਇਆ, ਜਿਹੜੀ ਬੜੇ ਵਰੇ ਹੋਏ ਮਰ ਗਈ ਸੀ। ਫਿਰ ਆਪਣੇ ਲਹੂ ਲਿਬੜੇ ਹੱਥਾਂ ਵੱਲ ਦੇਖਿਆ, ਝਟਕਈ ਦਾ ਮੁੰਡਾ। ਉਹਨੇ ਹੇਠਲੇ ਬੁੱਲ ਨੂੰ ਦੰਦਾਂ 'ਚ ਚਿੱਬ ਕੇ ਆਖਿਆ ਅਤੇ ਫਿਰ ਕਸੀਸ ਵੱਟ ਕੇ ਛੁਰਾ ਆਪਣੇ ਕਾਲਜੇ 'ਚ ਖੋਭ ਲਿਆ। ਅਗਲੇ ਦਿਨ ਸਾਰੇ ਸ਼ਹਿਰ 'ਚ ਰੌਲਾ ਪੈ ਗਿਆ, ਝਟਕਈ ਦੇ ਮੁੰਡੇ ਨੇ ਆਪਣੇ ਆਪ ਨੂੰ ਝਟਕਾ ਲਿਆ ਹੈ। ਧੰਨਵਾਦ।